ਸਭ ਨੂੰ ਬੇਨਤੀ ਹੈ ਭੈਣਾਂ ਨੂੰ ਜਿਨ੍ਹਾਂ ਕੋਲ ਬੱਚੇ ਨੇ ਛੋਟੇ ਉਹ ਪਿੱਛੇ ਲੈ ਕੇ ਬੈਠਣ ਸਾਸੰਗ ਤਾਂ ਕਿ ਸਾਸੰਗ ਦੇ ਵਿੱਚ ਕਿਸੇ ਕਿਸਮ ਦਾ ਖਲਣ ਨਾ ਪਵੇ ਸੋ ਹੁਣ ਸਾਸੰਗ ਸ਼ੁਰੂ ਕੀਤਾ ਜਾਵੇਗਾ ਬਾਕੀ ਬੇਨਤੀਆਂ ਫਿਰ ਬਾਅਦ ਦੇ ਵਿੱਚ ਕਰਾਂਗੇ ਰਦਾ ਸੁਮੇਦਿਆਲ ਕੀ ਦਿਆ ਰਦਾ ਸੁਮੇਦਿਆਲ महाराज बचन सतारवा चेतावनी भेखों को भाग चौथा शब्द पहला तुम साध कैसे मैं पूछूं तुम से ਸਾਦ ਕਹਾਵਤ ਕੈਸੇ ਮੈਂ ਪੁੱਛੂੰ ਤੁਮਸੇ ਐਸੇ ਇਹ ਬਾਣੀ ਸੁਆਮੀ ਜੀ ਮਹਾਰਾਜੀ ਦੀ ਹੈ ਹਜ਼ੂਰ ਸੁਆਮੀ ਜੀ ਮਹਾਰਾਜ ਸਾਧ ਮਰਦੇ ਬਾਰੇ ਪੁੱਛ ਰਿਹਾ ਹੈ ਇਹ ਹੈ ਸਾਧੂ ਮੈਂ ਤੈਨੂੰ ਪੁੱਛ ਰਿਹਾ ਤੂੰ ਸਾਧ ਕਹਾਉਂਦਾ ਹੈ ਕਿਆ ਤੇਰੇ ਵਿੱਚ ਸਾਧੂ ਵਾਲੇ ਗੁਣ ਆਏ ਕਿ ਨਹੀਂ ਹਰ ਇੱਕ ਇਨਸਾਨ ਜਿਹੜਾ ਜੇ ਉਹਦੇ ਵਿੱਚ ਕੋਈ ਗੁਣ ਹੁੰਦਾ ਹੈ ਉਸ ਦਾ ਉਹ ਨਾਂ ਪੈਂਦਾ ਹੈ ਬਗੈਰ ਗੁਣ ਦੇ ਕਿਸੇ ਦਾ ਨਾਂ ਨਹੀਂ ਬਣਦਾ ਕੋਈ ਮਿਸਤਰੀ ਦਾ ਕੰਮ ਕਰਦਾ ਹੈ ਉਹਦਾ ਨਾਮ ਮਿਸਤਰੀ ਪੈ ਜਾਂਦਾ ਦੁਕਾਨ ਦਾ ਕੰਮ ਕਰਦਾ ਹੈ ਉਹਦਾ ਨਾਮ ਦੁਕਾਨਦਾਰ ਪੈ ਜਾਂਦਾ ਜਿਹੜਾ ਵੀ ਇਨਸਾਨ ਕੰਮ ਕਰਦਾ ਹੈ ਉਹਦਾ ਉਹ ਨਾਮ ਬਣ ਜਾਂਦਾ ਸਾਧੂ ਦੇ ਬਾਰੇ ਗੁਰੂ ਸਾਹਿਬ ਜੀ ਪੁੱਛਰੇ ਹੈ ਹੈ ਸਾਧੂ ਕੀ ਤੇਰੇ ਵਿੱਚ ਸਾਧੂ ਵਾਲੇ ਗੁਣ ਆਏ ਜਿਹੜੇ ਸਾਧੂਆਂ ਚ ਗੁਣ ਹੁੰਦੇ ਹੈ ਇਹਦੇ ਨਾਲ ਸਾਧੂ ਕਿਹਾ ਜਾਂਦਾ ਏ ਕਿ ਉਹ ਤੇਰੇ ਵਿੱਚ ਗੁਣ ਆਏ ਜਾਂ ਨਹੀਂ ਮੈਂ ਤੈਨੂੰ ਇਹ ਪੁੱਛ ਰਿਹਾ ਗੁਰੂ ਸਾਹਿਬ ਜੀ ਅੱਗੇ ਫਰਮਾਉਂਦੇ ਹਾਂ ਜੀ ਤੁਮ ਸਾ ਕਹਾਵਤ ਕੈਸੇ ਮੈਂ ਪੁੱਛੂੰ ਤੁਮ ਸੇ ਨਾ ਛੋਡੋ ਕਰੋਧ ਨਾ ਛੋਡੋ ਕੋਟਲ ਬਚ ਨਹੀਂ ਸਹੱਤੇ ਸੁਆਮੀ ਜੀ ਮਹਾਰਾਜ ਇਹ ਸਾਧੂ ਦੇ ਬਾਰੇ ਫਰਮਾ ਰਹੇ ਮਾਣ ਨਹੀਂ ਛਡੋ ਕਰੋਧ ਨਹੀਂ ਛਡੋ ਔਰ ਕੋਟਲ ਬਚਨ ਨਹੀਂ ਸਹਤੇ ਜੇ ਤੇਰੇ ਵਿੱਚ ਇਹ ਗੁਣ ਆਏ ਨਹੀਂ ਤੇ ਫਿਰ ਤੂੰ ਸਾਧੂ ਕਿਸ ਨਾ ਬਣ ਸਕਦਾ ਗੁਣ ਲੈਣ ਵਾਸਤੇ ਕੁਝ ਟਾਈਮ ਦੀ ਜ਼ਰੂਰਤ ਹੈ ਕੋਈ ਵੀ ਗੁਣ ਲੈਣਾ ਹੈ ਤਾਂ ਟਾਈਮ ਲੱਗਦਾ ਉਸਨੂੰ ਦੁਨੀਆ ਦੀ ਮਿਸਾਲ ਤੁਸੀਂ ਲਲੋ ਕਿਸੇ ਬੰਦੇ ਨੇ ਕੋਈ ਕੰਮ ਸਿੱਖਣਾ ਹੈ ਤੋ 1 2 ਦਿਨ ਵਿੱਚ ਨਹੀਂ ਆ ਸਕਦਾ ਉਹਦੇ ਬਾਰੇ ਵੀ ਟਾਈਮ ਦੀ ਜ਼ਰੂਰਤ ਹੈ ਟਾਈਮ ਲੱਗਦਾ ਹੈ ਅਗਰ ਅਸੀਂ ਸਾਧੂ ਬਣਨਾ ਹੈ ਤੇ ਸਾਧੂਆਂ ਦੇ ਗੁਣ ਵਾਸਤੇ ਵੀ ਕੁਝ ਟਾਈਮ ਦੀ ਜ਼ਰੂਰਤ ਹੈ ਇਹ ਜਗ ਦਾਮ ਕਿਸੇ ਪੇਖ ਬਦਲ ਕੇ ਜਾਂ ਕੋਈ ਹੋਰ ਟੈਸ਼ਨ ਬਣਾ ਕੇ ਤੋ ਸਾਧੂ ਨਹੀਂ ਬਣ ਸਕਦਾ ਸਾਧੂ ਵਾਲੇ ਜਿਹੜੇ ਗੁਣ ਨੇ ਉਹ ਚਾਹੀਦੇ ਜੋ Swami ji ਮਾਰੇ ਫਰਮਾਰੇ ਬਾਣੀ ਦੇ ਵਿੱਚ ਅਸੀਂ ਇਹ ਸੋਚਣਾ ਹੈ ਕਿ ਕੀ ਸਾਡੇ ਵਿੱਚ ਇਹ ਗੁਣ ਆਏ ਜਾਂ ਨਹੀਂ ਆਏ ਕੋਟਲ ਬਚਨ ਅਸੀਂ ਸੈਂਦਿਆਂ ਕਿਸੇ ਦੇ ਜਾਣੇ ਨਹੀਂ ਰਾंजे ਨੂੰ ਜਦੋਂ ਨਾਮ ਦਿੱਤਾ ਵਾਲੇ ਰਾਤ ਨਹੀਂ ਇਹ ਰਾंजे ਨੂੰ ਜਦੋਂ ਦੇਤਾ ਦਿੱਤੀਆਂ ਦੱਸਿਆ ਤੇ ਰਾਂਝਾ ਕਹਿੰਦਾ ਹੈ ਕਿ ਹੇ ਸਾਡੇ ਕੋਲੋਂ ਤੇ ਨਹੀਂ ਕੰਮ ਹੋਣਾ ਤੇ ਤੂੰ ਆਪਣਾ ਨਾਮ ਵਾਪਸ ਲੈ ਲੈ ਨਾਮ ਹੀ ਵਾਪਸ ਲੈ ਲਓ ਸਾਡੇ ਕੋਲੋਂ ਇਹ ਗੱਲ ਨਹੀਂ ਹੋਣੀ ਲੋਕੀ ਦੇਣ ਗਾਲੀਆਂ ਅਸੀਂ ਚੁੱਪ ਕਰੀਏ ਏਨੇ ਸਬਰ ਦੇ ਪੈਰ ਕਿਸੇ ਧੋਮਣੇ ਨੇ ਲੋਕੀ ਗਾਲਾਂ ਦੇਣਗੇ ਤੇ ਅਸੀਂ ਚੁੱਪ ਕਰਾਂਗੇ ਇਹ ਸਾਡੇ ਕੋਲੋਂ ਕੰਮ ਨਹੀਂ ਹੋਣਾ ਤੂੰ ਆਪਣਾ ਨਾਮ ਲੈ ਲੈ ਉਹਨਾਂ ਕੇ ਨਾਮ ਤੈਨੂੰ ਲੈਤਾ ਜਾਂਦਾ ਇਹ ਤੇ ਤਜਾਬ ਦੀ ਤਰ੍ਹਾਂ ਸਰੀਰ ਦੇ ਵਿੱਚ ਅਜਰ ਜਾਂਦਾ ਹੈ ਇਹ ਨਹੀਂ ਤੈਨੂੰ ਛੱਡਣਾ ਤੂੰ ਬੁਸ਼ਾਕੇ ਨੂੰ ਛੱਡ ਦੇ ਇਹ ਨਹੀਂ ਤੈਨੂੰ ਛੱਡੇਗਾ ਹਜ਼ੂਰ ਕਈ ਵਾਰੇ ਫਰਮਾਉਂਦੇ ਹੁੰਦੇ ਸੀ ਕੋਈ ਦਰਿਆ ਤੇ ਜਾਂਦਾ ਹੁੰਦਾ ਸੀ ਜਦੋਂ ਹਾਰ ਹੋਣਾ ਕੋਈ ਨਾ ਕੋਈ ਚੀਜ਼ ਉੜਦੀ ਲੱਭਣੀ ਹੁਣ ਚੁੱਕ ਲੈਣੀ ਕੁਦਰਤੀ ਇੱਕ ਰੇਸ਼ਰ ਉੜ ਕੇ ਆ ਰਿਹਾ ਸੀ ਉਦੇ ਪੈਰ ਥੱਲੇ ਮੂੰਹ ਵੀ ਥੱਲੇ ਪਾਣੀ ਚ ਤੇ ਉੱਪਰੋਂ ਕਾਲਾ ਜਿਹਾ ਨਜ਼ਰ ਆਇਆ ਤੇ ਸੁਣਿਆ ਉਹਨੇ ਸੋਚਿਆ ਵੀ ਇਹ ਕੋ ਭੂਰਾ ਰੁੜਦਾ ਆਇਆ ਕਾਲਾ ਛਾਲ ਮਾਰੀ ਜਦੋਂ ਉਹਨੂੰ ਫੜਿਆ ਤੇ ਰੇਸ਼ ਨੇ ਉਹਨੂੰ ਫੜ ਲਿਆ ਹੁਣ ਜਿਹੜਾ ਬਾਹਰ ਸੀ ਬੰਦਾ ਉਹਦਾ ਸਾਥੀ ਉਹ ਕਹਿੰਦਾ ਜੇ ਭੂਰਾ ਨਹੀਂ ਆਉਂਦਾ ਤੇ ਛੱਡ ਦੇ ਇਹ ਕਹਿੰਦਾ ਮੈਂ ਤੇ ਛੱਡਦਾ ਭੂਰਾ ਨਹੀਂ ਮੈਨੂੰ ਛੱਡਦਾ ਹੁਣ ਇਹ ਨਹੀਂ ਮੈਨੂੰ ਛੱਡਦਾ ਉਹ ਰੇਸ਼ ਨੇ ਉਹਨੂੰ ਜੱਫਾ ਮਾਰ ਲਿਆ ਕਹਿੰਦਾ ਪੂਰਾ ਮੈਂ ਤੇ ਛੱਡਦਾ ਪਰ ਇਹ ਮੈਨੂੰ ਨਹੀਂ ਛੱਡਦਾ ਹੁਣ ਇਸ ਵਾਸਤੇ ਜਿਹੜਾ ਨਾਮ ਮਾਹ ਪੁਰਖਾਂ ਦਾ ਜਿਨ੍ਹਾਂ ਨੇ ਨਾਮ ਜਪਿਆ ਦਿਨ ਰਾਤ ਮਿਹਨਤ ਕੀਤੀ ਹੈ ਉਹ ਪੱਕੇ ਬੀਜ ਜਿਹੜੇ ਨਾਸ਼ ਨਹੀਂ ਹੁੰਦੇ ਉਹ ਕਦੀ ਤਾਂ ਕਦੀ ਉਗਦੇ ਹੀ ਉਗਦੇ ਉਹਨੂੰ ਅਸੀਂ ਛੱਡ ਦਈਏ ਉਹ ਨਹੀਂ ਸਾਨੂੰ ਛੱਡਦਾ ਹੁਣ ਸਵਾਮੀ ਜੀ ਮਹਾਰਾਜ ਸਾਧੂ ਦੇ ਬਾਰੇ ਫਰਮਾ ਰਿਹਾ ਹੈ ਇਹ ਸਾਧੂ ਬਣਨਾ ਹੈ ਤੂੰ ਤੇ ਕੀ ਤੇਰੇ ਵਿੱਚ ਇਹ ਗੁਣ ਆਏ ਕਿ ਨਹੀਂ ਜੇ ਤੇਰੇ ਵਿੱਚ ਇਹ ਗੁਣ ਨਹੀਂ ਆਏ ਤੇ ਫਿਰ ਤੂੰ ਸਾਧੂ ਨਹੀਂ ਹੈਗਾ ਇਹ ਚੀਜ਼ਾਂ ਤੇਰੇ ਵਿੱਚ ਆਉਣੀਆਂ ਚਾਹੀਦੀਆਂ ਕੋਟਲ ਬਚਨ ਵੀ ਤੈਨੂੰ ਸਹਣੇ ਪੈਣਿਆ ਹੈ ਕਰੋਧ ਵੀ ਤੈਨ ਤੈਨੂੰ ਇਸ ਨੂੰ ਵੀ ਖਤਮ ਕਰਨਾ ਹੈ ਇਹ ਚੀਜ਼ਾਂ ਸਾਰੀਆਂ ਸਾਧਮਾਤ ਦੇ ਖਿਲਾਫ ਨੇ ਇਹ ਸਾਰੀਆਂ ਖਿਲਾਫ ਨੇ ਇਨਾ ਤੇ ਨਿਆਲ ਸਾਧ ਨਹੀਂ ਬਣ ਸਕਦਾ ਸਾਧੂ ਨੂੰ ਜਰਨਾ ਪੈਂਦਾ ਸਭ ਕੁਝ ਕਬੀਰ ਸਾਹਿਬ ਜੀ ਮਹਾਰਾ ਹੀ ਫਰਮਾਉਂਦੇ ਐ ਜੇ ਕੋਈ ਛੁੱਟੇ ਗੁਦੜ ਕੋੜਾ ਪਾਂਗ ਰੂੜੀ ਸਈਏ ਜੇ ਤੈਨੂੰ ਕੋਈ ਲਾਮੇ ਤਾਨੇ ਦਿੰਦਾ ਹੈ ਕੁਛ ਵੀ ਕਹਿੰਦਾ ਤੇ ਰੂੜੀ ਦੀ ਤਰ੍ਹਾਂ ਸਹੋ ਜਿਦਾਂ ਰੂੜੀ ਦੇ ਉੱਤੇ ਹਰ ਇੱਕ ਚੀਜ਼ ਜੋ ਘਰ ਦੀ ਮਾੜੀ ਚੀਜ਼ ਹੁੰਦੀ ਹੈ ਉਹ ਰੂੜੀ ਤੇ ਜਾ ਕੇ ਸੁੱਟਦੇ ਆ ਸੀ ਬੇਕਾਰ ਜਿਹਦੇ ਜਿਹਦਾ ਸਾਨੂੰ ਕੋਈ ਫਾਇਦਾ ਨਹੀਂ ਪਰ ਇੱਕ ਦਿਨ ਉਸ ਰੂੜੀ ਦੇ ਵਿੱਚ ਇੱਕ ਐਸਾ ਤੱਤ ਪੈਦਾ ਹੋ ਜਾਂਦਾ ਹੈ ਜਿਹੜਾ ਉਹ ਕਿਸੇ ਚੀਜ਼ ਵਿੱਚ ਨਹੀਂ ਹੁੰਦਾ ਕੋਈ ਵੀ ਦੁਨੀਆ ਦੀ ਤੁਸੀਂ ਵੱਧ ਤੋਂ ਵੱਧ ਕੀਮਤਵਾਰ ਚੀਜ਼ ਲਲੋ ਲੇਕਿਨ ਜੋ ਰੂੜੀ ਦੇ ਵਿੱਚ ਤੱਤ ਹੈ ਉਹ ਉਹਦੇ ਵਿੱਚ ਨਹੀਂ ਹੈਗਾ ਇਸੇ ਤਰ੍ਹਾਂ ਜਿਹੜੇ ਸਾਧੂ ਦਿਨ ਰਾਤ ਨਾਮ ਦੀ ਕਮਾਈ ਕਰਦੇ ਐ ਉਹ ਲਾਹੇ ਤਾਣੇ ਸਾਰੇ ਸਹਿੰਦੇ ਐ ਜੋ ਵੀ ਉੱਚੇ ਨਾਮਾ ਹੁੰਦਾ ਸਭ ਕੁਝ ਸਹਿੰਦੇ ਐ ਫਿਰ ਉਹਨਾਂ ਵਿੱਚ ਵੀ ਉਹ ਤਤ ਪੈਦਾ ਹੋ ਜਾਂਦਾ ਉਹਨਾਂ ਵਿੱਚ ਉਹ ਸ਼ਕਤੀ ਆ ਜਾਂਦੀ ਐ ਜਿਹੜੀ ਕਿਸੇ ਵਿੱਚ ਨਹੀਂ ਆਉਂਦੀ ਜਾਂ ਮੁੱਲ ਨਹੀਂ ਵਿਕਦੀ ਜਾਂ ਉਹ ਕਿਸੇ ਪੇਖ ਨਾਲ ਨਹੀਂ ਆ ਸਕਦੀ ਗੱਲਾਂ ਬਾਤਾਂ ਦਾ ਮਦਮੂਨ ਨਹੀਂ ਉਹ ਤਾਕਤ ਕੁਦਰਤੀ ਹੀ ਉਹਨਾਂ ਦੇ ਵਿੱਚ ਆ ਜਾਂਦੀ ਹੈ ਇਸ ਵਾਸਤੇ ਸਵਾਮੀ ਜੀ ਮਹਾਰਾਜ ਬਾਣੀ ਜੀ ਜੋ ਫਰਮਾ ਰਹੇ ਸਾਡੀ ਮਜ਼ਬੂਤੀ ਵਾਸਤੇ ਸਾਨੂੰ ਸਮਝਾਉਣ ਵਾਸਤੇ ਕਿ ਅਗਰ ਤੂੰ ਸਾਧੂ ਬਣਨਾ ਹੈ ਤੇ ਆ ਗੱਲਾਂ ਸੋਚ ਲੈ ਇਹਨਾਂ ਨੂੰ ਬਰਦਾਸ਼ਤ ਕਰਨਾ ਪਏਗਾ ਅਗਰ ਤੂੰ ਬਰਦਾਸ਼ਤ ਨਹੀਂ ਕਰ ਸਕਦਾ ਤੇ ਫਿਰ ਜੋ ਤੋ ਕੀਤਾ ਹੋਵੇਗਾ ਉਹ ਤੇਰਾ ਫੋਟਾ ਫਾੜ ਨਾਸ਼ ਹੋ ਜਾਏਗਾ ਜਿਹੜੀ ਅਸੀਂ ਕਮਾਈ ਕਰਾਂਗੇ ਕ੍ਰੋਧ ਆਏਗਾ ਉਹ ਖਤਮ ਹੋ ਜਾਏਗੀ ਲੋਭ ਆਏਗਾ ਖਤਮ ਹੋ ਜਾਏਗੀ ਹੋਰ ਕੋਈ ਸਾਡੇ ਵਿੱਚ ਕੋਈ ਐਸਾ ਬੈਲਦਾਰੀ ਆ ਜਾਏਗੀ ਸਾਡੀ ਕਮਾਈ ਖਤਮ ਹੋ ਜਾਏਗੀ ਇਹ ਸਭ ਕੁਝ ਹੀ ਸਾਧੂ ਨੂੰ ਜਰਨਾ ਪੈਂਦਾ ਹੈ ਹਾਂਜੀ ਮਾਨ ਨਾ ਛੋੜ ਕਰੋ ਦੋਕਰੋ ਦੇ ਨਾ ਛੋੜੋ ਸੰਤਾਂ ਦੀ ਬਾਣੀ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦੀ ਬਾਣੀ ਸੁਣ ਕੇ ਸਾਨੂੰ ਉਹਦੇ ਤੇ ਤਜਰਬੇ ਕਰਨੇ ਚਾਹੀਦੇ ਆ ਔਰ ਉਹਦੇ ਤੇ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਏ ਮਹਾਰਾਜ ਚੌਥੀ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਫਰਮਾਇਆ ਆ ਰਾਮਾ ਹਮ ਦਾਸਨ ਦਾਸ ਕਰੀ ਆਰਾਮ ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਦੇ ਦੇਖੋ ਕਿਤਨੀ ਨਿਵਰਤਾ ਕਿਤਨਾ ਪਿਆਰ ਕਿ ਤੂੰ ਆਪਣਾ ਵੀ ਦਾਸ ਨਹੀਂ ਬਣਾ ਜਿਹੜੇ ਤੇਰੇ ਦਾਸ ਨੇ ਤੂੰ ਉਹਨਾਂ ਦਾ ਦਾਸ ਮੈਨੂੰ ਬਣਾ ਦੇ ਇਹ ਸਾਧ ਬਣਦਾ ਤਰੀਕਾ ਹੈ ਜੇ ਸਾਡੇ ਵਿੱਚ ਇਹ ਗੁਣ ਨਹੀਂ ਆਉਂਦੇ ਤੇ ਫਿਰ ਅਸੀਂ ਸਾਧ ਕਿਦਾਂ ਬਣ ਸਕਦੇ ਇਹ ਬਾਣ ਵੀ ਜਾਵਾਂਗੇ ਤੇ ਫਾਇਦਾ ਕੀ ਹੋਊਗਾ ਸਭ ਤੋਂ ਪਹਿਲਾਂ ਸਾਨੂੰ ਇਸ ਲੈਂਡ ਤੇ ਚੱਲਣਾ ਪਏਗਾ ਜੇ ਇਸ ਲੈਂਡ ਤੇ ਅਸੀਂ ਚਲਾਂਗੇ ਬਰਦਾਸ਼ ਕਰਾਂਗੇ ਤਾਂ ਸਾਡੀ ਮਿਹਨਤ ਜਿਹੜੀ ਹੈ ਉਹ ਜਮ੍ਹਾਂ ਹੁੰਦੀ ਜਾਏਗੀ ਹਜ਼ੂਰ ਜਿਨ੍ਹਾਂ ਦਾ ਦਰਬਾਰ ਕਈ ਵਾਰ ਫਰਮਾਉਂਦੇ ਹੁੰਦੇ ਸੀ ਕਿ ਜਿਹਦਾ ਕੀਜਾ ਪਾਟਾ ਹੋਏਗਾ ਉਹ ਕਮਾਈ ਕਰ ਕਰ ਕੇ ਆਪਣੇ ਗੀਜੇ ਪਾਈ ਜਾਏਗਾ ਥੱਲੇ ਡਿੱਗਦੀ ਰਹੇਗੀ ਗੀਜਾ ਕਹਿ ਦਿਓ ਜੇਬ ਕਹਿ ਦਿਓ ਪੈਕਟ ਕਹਿ ਦਿਓ ਜੋ ਤੁਹਾਡੀ ਮਰਜ਼ੀ ਹੈ ਅਗਰ ਉਹ ਪਾਰਟੀ ਹੋਏਗੀ ਤੁਸੀਂ ਉਹਦੇ ਵਿੱਚ ਕਮਾਈ ਕਰਕੇ ਪਾਓਗੇ ਉਸ ਲੈ ਗਿਰ ਜਾਏਗੀ ਸਾਡੀ ਵੀ ਕਮਾਈ ਜਿਹੜੀ ਅਸੀਂ ਕਰਾਂਗੇ ਪਰਮਾਰਸ ਕਮਾਵਾਂਗੇ ਭਜਨ ਕਰਾਂਗੇ ਜਾਂ ਹੋਰ ਕੁਝ ਕਰਾਂਗੇ ਦਾਨ ਪੁੰਨ ਕਰਾਂਗੇ ਜੀ ਸਾਡੇ ਵਿੱਚ ਇਹ ਚੀਜ਼ਾਂ ਆ ਗਈਆਂ ਪਰਵੇਸ਼ ਕਰ ਗਈਆਂ ਤੋਂ ਸਾਡੀ ਕਮਾਈ ਵੀ ਉਸੇ ਤਰ੍ਹਾਂ ਜਿਸ ਤਰ੍ਹਾਂ ਜੇਬ ਚੋਂ ਪੈਸੇ ਨਿਕਲ ਜਾਂਦੇ ਆ ਇਸ ਤਰ੍ਹਾਂ ਇਹ ਵੀ ਨਿਕਲ ਜਾਏਗੀ ਅਸੀਂ ਖਾਲੀ ਦੀ ਖਾਲੀ ਹੋ ਜਾਵਾਂਗੇ ਜਿਨ੍ਹਾਂ ਫਕੀਰਾਂ ਨੇ ਦਿਨ ਰਾਤ ਨਾਮ ਜਪਿਆ ਉਹਨਾਂ ਨੇ ਸਭ ਕੁਝ ਸਿਆ ਉਹਨਾਂ ਨੂੰ ਅਸੀਂ ਚੋਰ ਵੀ ਕਹਿੰਨੇ ਆ ਬਦਮਾਸ਼ ਵੀ ਕਹਿੰਨੇ ਆ ਉਹਨਾਂ ਨੂੰ ਅਸੀਂ ਬੇਲੇ ਵੀ ਕਹਿੰਨੇ ਆ ਬੇਲੇ ਝੋਟ ਖਾਂਦੇ ਆ ਜੀ ਜੇ ਕਰਦੇ ਆ ਜੀ ਉਹ ਕਰਦੇ ਆ ਜੀ ਉਹ ਚੁੱਪ ਕਰਕੇ ਸਹਿੰਦੇ ਰਹਿੰਦੇ ਆ। ਉਹ ਚੁੱਪ ਕਰਕੇ ਇਹਨਾਂ ਗੱਲਾਂ ਨੂੰ ਬਰਦਾਸ਼ਤ ਕਰਦੇ ਰਹਿੰਦੇ ਆ ਤੇ ਆਪਣੇ ਪ੍ਰਭੂ ਪਰਮਾਤਮਾ ਦੇ ਨਾਲ ਧਿਆਨ ਲਾਉਂਦੇ ਆ। ਉਹਦਾ ਸਿਮਨ ਕਰਦੇ ਰਹਿੰਦੇ ਆ। ਸਾਧ ਸੰਤ ਬਾਸ ਤੇ Swami ji Maharaj ਸਾਨੂੰ ਸਮਝਾ ਰਿਹਾ ਹੈ ਕਿ ਤੂੰ ਸਾਧ ਮਤ ਵਿੱਚ ਆਉਣਾ ਹੈ ਤੇ ਇਹਨਾਂ ਗੱਲਾਂ ਨੂੰ ਬਰਦਾਸ਼ਤ ਕਰਨਾ ਪਏਗਾ। ਜੇ ਬਰਦਾਸ਼ਤ ਕਰੇਗਾ ਤੇ ਫੇਰ ਤੇਰੀ ਕਮਾਈ ਜਿਹੜੀ ਉਹ ਜਮ੍ਹਾਂ ਹੁੰਦੀ ਜਾਏਗੀ ਜੇ ਤੂੰ ਕੋਈ ਸੇਵਾ ਕਰੇਗਾ, ਦਾਨਪੂਰਨ ਕਰੇਗਾ, ਭਜਨ ਕਰੇਗਾ, ਹੋਰ ਕੁਝ ਕਰੇਗਾ ਉਹ ਤੇਰਾ ਜਿਸ ਤਰ੍ਹਾਂ ਇੱਕ ਕਾਖੜਦਾ ਕਿਤੇ ਤੇ ਉਹਦੇ ਨਾਲ ਕਈ ਕਾਖੜ ਜਾਂਦੇ ਆ ਉਥੇ ਥਲ ਬਣ ਜਾਂਦੇ ਆ, ਦਰਿਆਵਾਂ ਦੇ ਥਲ ਬਣ ਜਾਂਦੇ। ਦਰਿਆ ਵਗਦੇ ਜਿਹੜੇ ਆ ਪਾਸੇ ਤੇ ਹੋ ਜਾਂਦੇ ਆ। ਤੁਸੀਂ ਦੇਖਿਆ ਕਿੰਨੇ ਦਰਿਆਵਾਂ ਦੀਆਂ ਜਗ੍ਹਾਾਂ ਕਈ ਦਰਿਆ ਬਗਦੇ ਜਿਹੜੇ ਐ ਇੱਕ ਇੱਕ ਕੱਖ ਨਾਲ ਅੜਦੇ ਆ ਅੜਦੇ ਆ ਉੱਤੇ ਦਰੇੜੇ ਬਣ ਜਾਂਦੇ ਐ ਔਰ ਉਹ ਜ਼ਮੀਨਾਂ ਬਣ ਜਾਂਦੀਆਂ ਨੇ ਔਰ ਦਰਿਆ ਜਿਹੜਾ ਦਰਿਆ ਸ਼ਰਮ ਦਾ ਮਾਰਾ ਪਿੱਛੇ ਹੋ ਜਾਂਦਾ ਔਰ ਉਸ ਜਗ੍ਹਾ ਤੇ ਕਈਆਂ ਜੀਵਾਂ ਨੂੰ ਫਿਰ ਫਾਇਦਾ ਹੋਣਾ ਸ਼ੁਰੂ ਹੋ ਜਾਂਦਾ ਫਸਲ ਹੋਣਾ ਸ਼ੁਰੂ ਹੋ ਜਾਂਦੇ ਐ ਸਬਜ਼ੀਆਂ ਹੋ ਜਾਂਦੀਆਂ ਨੇ ਔਰ ਕਾਸਪੂਸ ਹੋ ਜਾਂਦਾ ਜਾਨਵਰਾਂ ਨੂੰ ਫਾਇਦਾ ਹੁੰਦਾ ਪਸ਼ੂ ਨੂੰ ਫਾਇਦਾ ਹੁੰਦਾ ਇਸੇ ਤਰ੍ਹਾਂ ਅਸੀਂ ਨਾਮ ਦੀ ਕਮਾਈ ਇਹ ਤੁਹਾਨੂੰ ਦੱਸਣੀ ਨਹੀਂ ਕਿਸੇ ਨੇ ਤੁਸੀਂ ਜਾਓ ਕਿਸੇ ਸਾਧ ਸੰਗ ਦੇ ਵਿੱਚ ਜੇ ਤੁਹਾਨੂੰ ਦੱਸੂਗਾ ਤਾਂ ਮੈਨੂੰ ਦੱਸਿਓ ਆ ਕੇ ਇਹ ਗੱਲਾਂ ਤੁਹਾਨੂੰ ਦੱਸਣੀਆਂ ਨਹੀਂ ਕਿਸੇ ਨੇ ਵੀ ਹਾਂਜੀ ਮਾਨ ਨਾ ਛੋੜੋ ਕੋਪ ਦੇ ਨਾ ਛੋੜੋ ਕੋਟਲ ਪਛਾਨ ਨਹੀਂ ਸਹਤੇ ਬਾਬਾ ਜੀ ਜਿਨ੍ਹਾਂ ਨੇ 40 ਸਾਲ ਤਪੱਸਿਆ ਕੀਤੀ ਹੈ ਉਹਨਾਂ ਦੇ ਵਿੱਚ ਇਹ ਗੁਣ ਸਾਰੇ ਆਏ ਉਹਨਾਂ ਦੇਆਂ ਕਹਾਣੀਆਂ ਕਥਾਂ ਅਸੀਂ ਸੁਣੀਆਂ ਉਹਨਾਂ ਸੁਣਾਈਆਂ ਨੇ ਕਿਉਂਕਿ ਜਿਹੜਾ ਕਰਦਾ ਹੈ ਜੋ ਕਰਦਾ ਉਹ ਦੱਸਦਾ ਹੈ ਸਣਾਉਂਦਾ ਹੈ ਜਿੰਨ ਕਰਨਾ ਕੁਝ ਨਹੀਂ ਉਹਨੂੰ ਦੱਸਣਾ ਕੀ ਕਿਸੇ ਨੂੰ ਉਹਨਾਂ ਦੱਸਣਾ ਵੀ ਕੀ ਹੈ ਜਿਹੜਾ ਕਰਦਾ ਹੈ ਉਹ ਇੱਕ ਇੱਕ ਗੱਲ ਦੱਸੇਗਾ ਵੀ ਐਦਾਂ ਦੀ ਐਦਾਂ ਕਰੋ ਐਸਾ ਕਰੋ ਕਈ ਲੋਕ ਉਹਨਾਂ ਦੇ ਬੱਕਰ ਆਉਂਦੇ ਆਉਂਦੇ ਸੀ ਭਜਨ ਕਰਦੇ ਕਈਆਂ ਨੇ ਜ਼ਬਰਦਸਤੀ ਕਰਨੀ ਕਾਲੀ ਕਰਨੀ ਇਹ ਸਹਿਜ ਮਤ ਹੈ ਇਹਦੇ ਚ ਕਾਲੀ ਦੀ ਜ਼ਰੂਰਤ ਨਹੀਂ ਹੈ ਜ਼ਬਰਦਸਤੀ ਦੀ ਜ਼ਰੂਰਤ ਨਹੀਂ ਹੈ ਇੱਥੇ ਸ਼ਾਂਤੀ ਦੀ ਜ਼ਰੂਰਤ ਹੈ ਔਰ ਸਹਿਜ ਪੱਕੇ ਸੁ ਮਿੱਠਾ ਹੋਏ ਇਹ ਬੰਦਗੀ ਜਿਹੜੀ ਐ ਸਹਜੇ ਸਹਜੇ ਐ ਕਈ ਬੰਦੇ ਕਈ ਵਾਰ ਰੋਟੀ ਛੱਡ ਦਿੰਦੇ ਕਈ ਵਾਰ ਪਾਣੀ ਛੱਡ ਦਿੰਦੇ ਕਈ ਵਾਰ ਉਹ ਜ਼ਬਰਦਸਤੀ ਕਹਿੰਦੇ ਅਸੀਂ ਜ਼ਿਆਦਾ ਬਹਿ ਜਾਂਦੇ ਆ ਕਈ ਵਾਰ ਉਹਨਾਂ ਦੇ ਅੰਦਰ ਗਰਮੀ ਪੈਦਾ ਹੋ ਜਾਂਦੀ ਐ ਗਰਮੀ ਨਾਲ ਉਹਨਾਂ ਦਾ ਦਿਮਾਗ ਖਰਾਬ ਹੋ ਜਾਂਦਾ ਹੁਣ ਇਸ ਚੀਜ਼ ਦੀਆਂ ਦਵਾਈਆਂ ਜਿਹੜੀਆਂ ਨੇ ਜਿੰਨ ਕੰਮ ਕੀਤਾ ਉਹਦੇ ਕੋਲ ਨੇ ਉਹ ਦੱਸੇਗਾ ਜਿਸ ਨੇ ਨਹੀਂ ਕੀਤਾ ਉਹ ਨਹੀਂ ਦੱਸ ਸਕਦਾ ਕਈ ਐਸੇ ਵੀ ਆਉਂਦੇ ਹੁੰਦੇ ਸੀ ਜਿਨ੍ਹਾਂ ਨੂੰ ਬਾਬਾ ਜੀ ਨੇ ਕਿਹਾ ਤੁਸੀਂ ਇਸ ਤਰ੍ਹਾਂ ਕਰੋ ਹੁਣ ਤੁਸੀਂ ਥੋੜਾ ਸੈਰ ਕਰੋ ਔਰ ਕੌੜਾ ਤੇਲ ਲੈ ਕੇ ਉਸ ਨੂੰ ਗਰਮ ਕਰ ਲਓ ਗਰਮ ਕਰਕੇ ਆਪਣੀ ਕਿਸੇ ਸ਼ੀਸ਼ੀ 'ਚ ਪਾ ਲਓ ਜਦੋਂ ਖਾਣਾ ਖਾਣ ਲੱਗੋਗੇ ਤੁਸੀਂ ਆਪਣੇ ਸਬਜੀ ਭਾਜੀ ਵਿੱਚ ਛੜਾਕੀ ਇਹਦੀ ਛੜਾਕੀ ਜਿੰਨਾ ਵੀ ਤੁਸੀਂ ਖਾਓਗੇ ਉਹਨੂੰ ਪਾ ਲਿਓ ਤੁਹਾਡੇ ਅੰਦਰੋਂ ਜਿਹੜੀ ਉਹ ਗੈਸ਼ ਤੁਹਾਡੇ ਅੰਦਰ ਪੈਦਾ ਹੋ ਉਹ ਖਤਮ ਹੋ ਜਾਏਗਾ ਇਸ ਤਰ੍ਹਾਂ ਦੇ ਕਈ ਪ੍ਰੇਮੀਆਂ ਨੂੰ ਜਿਹੜੇ ਭਜਨ ਕਰਦੇ ਸੀ ਕਈ ਕਾਲੀ ਫਿਰ ਕਹਿੰਨਾ ਕਾਲੀ ਕਰਨ ਦੀ ਲੋੜ ਨਹੀਂ ਸਹਿਜੇ ਸਹਿਜੇ ਖਾਣਾ ਵੀ ਖਾਣਾ ਸੈਰ ਵੀ ਕਰੋ ਕੰਮ ਵੀ ਕਰੋ ਭਜਨ ਵੀ ਕਰੋ ਤਾਂ ਕਿ ਸਹਿਜੇ ਸਹਿਜੇ ਹਰ ਇੱਕ ਬੰਦਾ ਜਿਵਾਰੇ ਤੇ ਛਾਲ ਮਾਰ ਕੇ ਨਹੀਂ ਜਾ ਸਕਦਾ ਪੌੜੀਆਂ ਚੜ੍ਹ ਚੜ੍ਹ ਕੇ ਜਾ ਸਕਦਾ ਏਕ ਇੱਕ ਕਦਮ ਨਾਲ ਬੰਦਾ ਕਿੱਥੇ ਪਹੁੰਚ ਜਾਂਦਾ ਜੇ ਕਹੇ ਕਿ ਮੈਂ ਛਾਲ ਮਾਰ ਕੇ ਉੱਪਰ ਚਲੇ ਜਾ ਤਾਂ ਕਿੱਦਾਂ ਜਾਏਗਾ ਤੀਸਰਾ ਜਾਏਗਾ ਇੱਕ ਇੱਕ ਪੌੜੀ ਦੇ ਨਾਲ ਉੱਪਰ ਚਬਾਰਿਆਂ ਤੇ ਜਾ ਸਕਦਾ ਹੈ ਇਸ ਤਰੀਕੇ ਨਾਲ ਜਿਹਨੇ ਇਹ ਕੰਮ ਕੀਤੇ ਹੈ ਉਹਨਾਂ ਨੂੰ ਇਹ ਤਜਰਬੇ ਉਹ ਦੱਸੇ ਆ ਵੀ ਐਸ ਤਰ੍ਹਾਂ ਕਰਨਾ ਹੈ ਜ਼ਬਰਦਸਤੀ ਦੀ ਜ਼ਰੂਰਤ ਨਹੀਂ ਹੈ ਹਾਂਜੀ ਕਾਮਨਾ ਛੋਡੋ ਕਰੋਧ ਨਾ ਛੋਡੋ ਕੋ ਬਚਨ ਨਹੀਂ ਸਹਤੇ குரு ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਕਾਮਨਾ ਛੋੜੋ ਕ੍ਰੋਧ ਨਾ ਛੋੜੋ ਕੁਟਲ ਬਚਨ ਨਹੀਂ ਸਹਤੇ ਇਹ ਦੋ ਸ਼ਕਤੀਆਂ ਜਿਹੜੀਆਂ ਕਾਮ ਕ੍ਰੋਧ ਇਹ ਅੱਗ ਸੰਤ ਕਹਿੰਦੇ ਆ ਕਿ ਅੱਗ ਹੈ ਇਹ ਜਿਸ ਪਾਸੇ ਵੀ ਜਾਏਗਾ ਇਹ ਪਹਿਲਾਂ ਤੇ ਉਹਦਾ ਆਪਣਾ ਆਪ ਮਕਾਨ ਜਿਸੇ ਅੱਗ ਲੱਗਦੀ ਹੈ ਕਿਸੇ ਮਕਾਨ ਨੂੰ ਜਿਥੇ ਅੱਗ ਲੱਗਦੀ ਹੈ ਪਹਿਲਾਂ ਉਹ ਫੁਕੁੰਦਾ ਹੈ ਉਹਦੇ ਬਾਅਦ ਜਿਹੜਾ ਗਵਾਂਡੀਆਂ ਦਾ ਹੁੰਦਾ ਫਿਰ ਉਧਰ ਅੱਗ ਜਾਂਦੀ ਹੈ ਜਿਸ ਦੇ ਅੰਦਰ ਕ੍ਰੋਧ ਆਉਂਦਾ ਹੈ ਸਭ ਤੋਂ ਪਹਿਲਾਂ ਤੇ ਉਹਦਾ ਮਕਾਨ ਖਤਮ ਹੁੰਦਾ ਹੈ ਉਸ ਤੋਂ ਬਾਅਦ ਜਿਹੜਾ ਦੂਜੇ ਤੇ ਕਰੇਗਾ ਫਿਰ ਉਹ ਰਹਿੰਦਾ ਕਹਿੰਦਾ ਉਹਦੇ ਤੇ ਜਾਂਦਾ ਹੈਗਾ ਇਹ ਅੱਗ ਹੈ ਸੰਤ ਕਹਿੰਦੇ ਕਿ ਇਸ ਅੱਗ ਨੂੰ ਖਤਮ ਕਰਨਾ ਹੈ ਤੇ ਕਿਸ ਤਰ੍ਹਾਂ ਅਸੀਂ ਖਤਮ ਕਰਨਾ ਹੈ ਭਜਨ ਦੇ ਜਰੀਏ ਜਿਵੇਂ-ਜਿਵੇਂ ਅਸੀਂ ਭਜਨ ਕਰਾਂਗੇ ਸੰਤਾਂ ਮਹਾਂਪੁਰਖਾਂ ਦੇ ਕਹਿਣ ਤੇ ਇਹ ਆਸ ਆਸੇ ਸਾਡੇ ਅੰਦਰੋਂ ਅੱਗ ਜਿਹੜੀ ਖਤਮ ਹੋਣਾ ਸ਼ੁਰੂ ਹੋ ਜਾਏਗੀ ਕੱਖ ਪਾਇਆ ਅੱਗ ਖਤਮ ਨਹੀਂ ਹੁੰਦੀ ਇਹਦੇ ਤੇ ਪਾਣੀ ਪਾਇਆ ਖਤਮ ਹੁੰਦੀ ਤੇ ਸ਼ਬਦ ਦੀ ਕਮਾਈ ਜਿਹੜੀ ਕਰਨੀ ਹੈ ਸਿੱਖਣਾ ਹੈ ਉਹ ਪਾਣੀ ਪਾਣਾ ਤੇ ਅੱਗ ਤੇ ਤੁਸੀਂ ਬਹਿਸ ਮਾਰਸਾ ਕਰੋ ਇੱਕ ਦੂਜੇ ਨੂੰ ਗਾਲਾਂ ਦੇਵੇ ਦੂਜਾ ਦੂਜੇ ਨੂੰ ਗਾਲਾਂ ਦੇਵੇ ਆਪਿਆ ਕੱਖ ਪੈਂਦੇ ਜਾਂਦੇ ਅੱਗ ਮੱਚਦੀ ਜਾਂਦੀ ਹੈ ਕਦੀ ਮੱਠੀ ਵੀ ਹੁੰਦੀ ਐ ਇੱਕ ਦੂਜੇ ਨੂੰ ਦਿੰਦਾ ਦੂਜਾ ਦੂਜੇ ਨੂੰ ਦਿੰਦਾ ਕਰੋ ਉਹਦੀਆਂ ਗੱਲਾਂ ਕਰੇਗਾ ਉਹ ਕੱਖ ਪਾਈ ਜਾਉ ਤੇ ਉਹ ਮੱਗੀ ਜਾਏਗੀ ਅੱਗੇ ਸੈਂਤ ਨਾਮ ਜਪਦੇ ਐ ਈਸ਼ਵਰ ਦੀ ਭਗਤੀ ਕਰਦੇ ਐ ਉਹ ਉਹਦੇ ਤੇ ਪਾਣੀ ਪਾਉਂਦੇ ਓਸ ਦੇ ਨਾਲ ਉਹ ਅੱਗ ਜਿਹੜੀ ਠੰਡੀ ਹੁੰਦੀ ਐ ਮੱਠੀ ਹੋ ਜਾਂਦੀ ਐ ਉਹ ਵੱਜ ਜਾਂਦਾ ਐ ਜਿਸ ਨੂੰ ਅੱਗ ਲੱਗ ਗਈ ਉਹ ਸੜ ਗਿਆ ਮਕਾਨ ਉਹਦੇ ਕੁਝ ਵੀ ਨਹੀਂ ਉਹਦੀ ਨਜ਼ਰ ਆਉਂਦਾ ਫਿਰ ਮਕਾਨ ਦੇ ਵਿੱਚ ਜੋ ਜਾਇਦਾਦ ਹੁੰਦੀ ਉਹ ਵੀ ਸੜ ਜਾਂਦੀ ਹੈਗੀ ਹਾਂਜੀ ਕੋਮਲ ਚਿੱਤ ਨਾ ਕੋਮਲ ਬੋਲੀ ਦਇਆ ਭਾਵ ਨਹੀਂ ਲੇ ਸਵਾਮੀ ਜੀ ਮਹਾਰਾਜ ਸਾਨੂੰ ਇਹ ਸਿੱਖਿਆ ਦੇ ਰਿਹਾ ਹੈ ਸੰਤਾਂ ਦਾ ਬਾਣੀ ਵਿੱਚ ਕਹਿਣ ਦਾ ਮਕਸਦ ਕੀ ਹੈ ਕਿ ਸਾਨੂੰ ਉਹ ਸਿਖਾ ਰਿਹਾ ਹੈ ਸਾਨੂੰ ਪੱਟੀ ਪੜਾ ਰਿਹਾ ਹੈ ਇਹ ਸਾਨੂੰ ਦੱਸ ਰਿਹਾ ਵੀ ਇਸ ਤਰੀਕੇ ਨਾਲ ਤੁਸੀਂ ਚੱਲਣਾ ਹੈ ਕੋਮਲ ਚੇਤ ਰੱਖੋ ਔਰ ਆਪਣੀ ਬੋਲੀ 'ਚ ਵੀ ਫਰਕ ਪਾਓ ਬੋਲੀ ਵੀ ਕੋਮਲ ਔਰ ਦਇਆ ਭਾਵ ਅੰਦਰ ਰੱਖੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਡੇ ਬਚਾਓ ਦਾ ਰਸਤਾ ਹੈ ਇਹਦੇ ਨਾਲ ਹੀ ਅਸੀਂ ਬਚ ਸਕਦੇ ਆਂ ਔਰ ਦੂਸਰੀਆਂ ਚੀਜ਼ਾਂ ਨਾਲ ਅਸੀਂ ਬਚ ਨਹੀਂ ਸਕਦੇ। ਸਵਾਮੀ ਜੀ ਮਹਾਰਾ ਜੀ ਫਰਮਾਉਂਦੇ ਆਂ ਕੁੰਭਲ ਚਿੱਤ द्या ਮਨ ਧਾਰੋ ਪਰਮਾਰਥ ਕਾ ਖੋਜ ਲਗਾਣਾ। ਕਿ ਪਰਮਾਰਥੀ ਤਦ ਹੀ ਤੂੰ ਬਣ ਸਕਦਾ ਹੈ ਜੇ ਇਹ ਗੁਣ ਤੇਰੇ ਵਿੱਚ ਆਉਣਗੇ। ਇਹ ਸਾਧ ਮੰਤ ਦੇ ਵਿੱਚ ਗੁਰੂ ਸਾਹਿਬ ਜੀ ਸਾਨੂੰ ਸਮਝਾ ਰਹੇ ਨੇ। कि इस तरीके तुरना इन्हें चीज़ों को तुम्हें बर्दाश करना है हाँ जी कोमल चित न कोमल बोली <coughs> दया पाप नहीं ले ਪੂਜਾਵਤ ਕਾ ਹੂ ਨਾ ਪੂਜਤ ਮਾਗ ਮਾਗ ਤਨ ਜੋੜਤ ਪੈਸੇ ਇਹ ਸਾਧੂ ਦੇ ਬਾਰੇ ਗੁਰੂ ਸਾਹਿਬ ਜੀ ਫਰਮਾ ਰਹੇ ਹੈ ਕਿ ਆਪਣੇ ਆਪ ਨੂੰ ਪੂਜਣ ਦੀ ਕੋਸ਼ਿਸ਼ ਕਰਦਾ ਹੈ ਕਿ ਮੈਨੂੰ ਪੂਜੋ ਮੈਨੂੰ ਮੰਨੋ ਮੇਰਾ ਆਦਰ ਮਾਨ ਕਰੋ ਔਰ ਜੋੜ-ਜੋੜ ਕੇ ਤਨ ਪਦਾਰਥ ਇਕੱਠਾ ਕਰਦਾ ਹੈ। ਔਰ ਦੂਸਰੇ ਪਾਸੋਂ ਆਪਣੇ ਆਪ ਨੂੰ ਪੂਜਣ ਦੀ ਕੋਸ਼ਿਸ਼ ਕਰਦਾ ਹੈ। ਪੂਜਨ ਦੀ ਕਿਸੇ ਨੂੰ ਪੂਜਣ ਦੀ ਕੋਸ਼ਿਸ਼ ਨਹੀਂ ਕਰਦਾ। ਅਸੀਂ ਬਾਣੀ ਦਾ ਤਜਰਬਾ ਕਰਨਾ, ਬਾਣੀ ਨੂੰ ਸੁਣਨਾ ਹੈ ਕਿ ਜਿੰਨੇ ਵੀ ਸੰਤ ਮਹਾਂਪੁਰਖ ਹੋਏ ਐ ਉਹਨਾਂ ਨੇ ਕਿਸੇ ਨੂੰ ਪੂਜਿਆ ਕਿ ਜਾਂ ਉਹ ਆਪੇ ਪਹਿਲੇ ਪੂਜਾਏ। ਸਭ ਤੋਂ ਪਹਿਲਾਂ ਉਹਨਾਂ ਸੇਵਾ ਕੀਤੀ ਹੈ। ਫੇਰ ਉਹਨਾਂ ਨੂੰ ਸੇਵਾ ਦਾ ਫਲ ਮਿਲਿਆ ਹਰ ਇੱਕ ਚੀਜ਼ ਦਾ ਫਲ ਸਾਨੂੰ ਮਿਲਦਾ ਹੈ ਦੁਨੀਆ ਦੀ ਦੀ ਮਿਸਾਲ ਤੁਸੀਂ ਲੈ ਲਓ ਕੋਈ ਵੀ ਦੁਨੀਆ ਦੀ ਚੀਜ਼ ਹੈ ਤੁਸੀਂ ਜ਼ਮੀਨ ਦੀ ਸੇਵਾ ਕਰੋਗੇ ਤੁਹਾਨੂੰ ਕਣਕ ਚੌਲ ਸਬਜ਼ੀਆਂ ਸਭ ਕੁਝ ਦੇਗੀ ਪਸ਼ੂ ਦੀ ਸੇਵਾ ਕਰੋਗੇ ਤੁਹਾਨੂੰ ਦੁੱਧ ਹੀ ਦੇਗਾ ਕਿਸੇ ਬਰਿਸ਼ ਦੀ ਸੇਵਾ ਕਰੋਗੇ ਤੁਹਾਨੂੰ ਉਹ ਫਲ ਦੇਗਾ ਕਿ ਜਦ ਸੇਵਾ ਦੇ ਪਹਿਲਾਂ ਤੁਹਾਨੂੰ ਫਲ ਮਿਲ ਜਾਏਗਾ ਜਾਂ ਸੇਵਾ ਦੇ ਪਹਿਲਾਂ ਤੁਹਾਨੂੰ ਦੁੱਧ ਦਹੀਂ ਮਿਲ ਜਾਏਗਾ। ਜ਼ਮੀਨ ਦੀ ਸੇਵਾ ਨਾ ਕਰੋਗੇ ਤੁਹਾਨੂੰ ਕਣਕ ਚੌਲ ਪਹਿਲਾਂ ਮਿਲ ਜਾ ਮਿਲ ਸਕਦੀ ਹੈ। ਸਾਰੇ ਸੰਤ ਮਹਾਂਪੁਰਖ ਜਿੰਨੇ ਵੀ ਦੁਨੀਆ ਤੇ ਆਏ ਹੈ। ਚਾਹੇ ਕੋਈ Hindu ਆਇਆ ਚਾਹੇ ਮੁਸਲਮਾਨ ਚਾਹੇ। ਈਸ਼ਰੀਏ ਚਾਹੇ ਪੁਰਸ਼ ਹੈ। ਉਹਨਾਂ ਪਹਿਲਾਂ ਸੇਵਾ ਕੀਤੀ ਹੈ। ਫਿਰ ਉਹਨਾਂ ਨੂੰ ਬਾਅਦ ਵਿੱਚ ਉਹਦਾ ਫਲ ਮਿਲਿਆ। ਸਵਾਮੀ ਜੀ ਮਾਰੇ ਇਹ ਸਾਨੂੰ ਸਮਝਾ ਰਿਹਾ ਹੈ। ਤੇ ਪਾਈ ਤੇਰਾ ਫਰਜ ਹੈ ਪਹਿਲਾਂ ਤੂੰ ਸੇਵਾਦਾਰ ਬਣ ਤੂੰ ਸੇਵਾ ਕਰ ਸੇਵਾ ਕਰਾ ਨਾ ਸੇਵਾ ਕਰਾਏਗਾ ਤੇਰੇ ਜਮਾਨ ਆ ਜਾਏਗਾ ਤੇਰਾ ਲੇਖਾ ਕੀਤਾ ਖਤਮ ਆ ਜਾਏ ਖਤਮ ਹੋ ਜਾਏਗਾ ਜੋ ਤੂੰ ਕੀਤਾ ਹੋਏਗਾ ਕੀਆ ਕਰਾਇਆ ਸਭ ਗਿਆ ਜਦੋਂ ਆਇਆ ਹੰਕਾਰ ਤੇਰਾ ਮਾਨ ਖੁਦਾ ਨੂੰ ਨਾ ਪਾਵੇ ਬੰਦਿਆ ਤੂੰ ਮਾਨ ਨਾ ਕਰੀ ਜਦੋਂ ਵੀ ਕੋਈ ਸੇਵਾ ਕਰਾਂਦਾ ਉਹਦੇ ਜੇ ਫਿਰਮਾਨ ਆ ਜਾਂਦਾ ਪੱਲੇ ਕੁਝ ਉਹ ਹੁੰਦਾ ਨਹੀਂ ਉਸ ਮਾਨ ਨੂੰ ਫਿਰ ਉਹ ਥਾਮ ਨਹੀਂ ਸਕਦਾ ਫਿਰ ਉਹ ਨੂੰ ਨਸ਼ਟ ਕਰ ਦਿੰਦਾ ਹੈਗਾ ਇਸ ਵਾਸਤੇ Swami ji Maharaj ਬਾਣੀ ਜੀ ਜੋ ਫਰਮਾ ਰਹੇ ਹੈ ਸਾਨੂੰ ਇਹ ਸਿੱਖਿਆ ਦੇ ਰਿਹਾ ਹੈ ਕਿ ਤੇਰਾ ਫਰਜ ਹੈ ਕਿ ਪਹਿਲਾਂ ਤੂੰ ਸੇਵਾ ਕਰ ਸੇਵਾ ਕਰ ਉਸ ਬ੍ਰਿਸ਼ਤੀ ਸੇਵਾ ਕਰ ਜਿਹਦੇ ਤੂੰ ਫਲ ਲੈਣਾ ਹੈ ਉਸ ਪਸ਼ੂ ਦੀ ਸੇਵਾ ਕਰ ਜੀ ਤੇ ਤੂੰ ਦੁੱਧ ਨਹੀਂ ਲੈਣਾ ਹੈ ਉਹ ਜ਼ਮੀਨ ਦੀ ਸੇਵਾ ਕਰ ਜੀ ਤੇ ਚੌਂਕ ਚੌੜ ਲੈਣੇ ਜੇ ਤੂੰ ਉਸ ਮਾਲਕ ਦਾ ਰਸਤਾ ਲੈਣਾ ਹੈ ਤੇ ਕਿਸੇ ਸਾਧੂ ਸੰਤ ਦੀ ਸੇਵਾ ਕਰ ਜਿਨੇ ਅੱਗੇ ਕੀਤੀ ਹੋਵੇਗੀ ਜਿਸ ਨੇ ਉਸ ਰਾਹ ਤੇ ਚੱਲੇ ਆ ਜਿਸ ਨੇ ਉਸ ਚੀਜ਼ ਨੂੰ ਦੇਖਿਆ ਜਾਂ ਪਾਇਆ ਤੂੰ ਉਹਦੀ ਸੇਵਾ ਕਰੋ ਦੇ ਹੁਕਮ ਤੇ ਚੱਲ ਮਾਣ ਨਾ ਕਰ ਪਹਿਲਾਂ ਨਾ ਕਰਾ ਕੁਝ ਵੀ ਪਿੱਛੇ ਆਟੋਮੈਟਿਕ ਹੀ ਆਪਣੇ ਆਪ ਹੀ ਹੁੰਦੀ ਹੈ ਫਿਰ ਕਰਨ ਦੀ ਲੋੜ ਹੀ ਨਹੀਂ ਕਰਾਣ ਦੀ ਜ਼ਰੂਰਤ ਨਹੀਂ ਜਿੰਨੇ ਵੀ ਸੰਤ ਮਹਾਂਪੁਰਖ ਹੋਏ ਐ ਉਹਨਾਂ ਕਿਸੇ ਨੇ ਕਿਹਾ ਵੀ ਸਾਡੀ ਤੁਸੀਂ ਸੇਵਾ ਕਰੋ ਅਸੀਂ ਲੋਕ ਆਪੇ ਕਰਦੇ ਆ ਉਹਨਾਂ ਦੇ ਸਾਲ ਦੇ ਸਾਲ ਅਸੀਂ ਦਿਨ ਮਨਾਉਂਦੇ ਆ ਉਹ ਸਾਨੂੰ ਕਹਿੰਦੇ ਆ ਤੁਸੀਂ ਸਾਡੇ ਦਿਨ ਮਨਾਓ ਕਿਉਂ ਕਰਦੇ ਆ ਲੱਖਾਂ ਰੁਪਏ ਅਸੀਂ ਖਰਚ ਕਰਦੇ ਆ ਸਾਰੇ ਉਹਨਾਂ ਦਾ ਆਦਰ ਮਾਨ ਕਰਦੇ ਆ ਉਹ ਦੁਨੀਆ ਤੋਂ ਚਲਾ ਵੀ ਗਏ ਐ ਜਣੇ ਸਰੀਰ ਜਿਹੜੇ ਐ ਸਰੀਰ ਹੀ ਬਦਲਣਾ ਬਾਕੀ ਚੀਜ਼ ਤੇ ਨਹੀਂ ਬਦਲਦੀ ਲੇਕਿਨ ਅਸੀਂ ਲੋਕ ਫਿਰ ਵੀ ਲੱਖਾਂ ਰੁਪਏ ਉਹਨਾਂ ਦੇ ਨਾਂ ਤੇ ਖਰਚ ਕਰਦੇ ਆਂ ਜਗ ਲਾਉਂਦੇ ਆਂ ਉਹਨਾਂ ਦੇ ਦਿਨ ਤਿਹਾਰ ਮਨਾਉਂਦੇ ਆਂ ਕਿਉਂ ਮਨਾਉਂਦੇ ਆਂ ਉਹਨਾਂ ਨੇ ਨੇਕ ਪਾਕ ਕੰਮ ਕੀਤੇ ਐ ਅچھے ਕੰਮ ਕੀਤੇ ਐ ਅچھے ਕੰਮਾਂ ਦਾ ਜਿਹੜਾ ਰਿਜ਼ਲਟ ਹੈ ਉਹ ਅੱਛਾ ਹੈ ਇਸ ਵਾਸਤੇ ਅਸੀਂ ਲੋਕ ਉਹਨਾਂ ਦੇ ਦਿਨ ਮਨਾਉਂਦੇ ਆਂ ਲੱਖਾਂ ਰੁਪਏ ਜਿੱਤੇ ਜਿਤਨੀ ਸ਼ਰਤਾਂ ਕਿਸੇ ਚ ਹੁੰਦੀ ਹੈ ਕੋਈ ਆਪਣੇ ਕਮਾਈ ਚੂ ਲਗਾਉਂਦਾ ਹੈਗਾ ਇਸ ਵਾਸਤੇ Swami ji Maharaj ਜੋ ਬਾਣੀ ਜੇ ਫਰਮਾਰੇ ਠੀਕ ਫਰਮਾਰੇ ਹੈ ਕਿ ਭਾਈ ਤੂੰ ਪਹਿਲੇ ਆਪੇ ਸੇਵਾਦਾਰ ਬਣ ਆਪੇ ਸੇਵਾਦਾਰ ਬਣ ਫੇਰ ਤੇਨੂੰ ਕਹਿਣ ਦੀ ਜ਼ਰੂਰਤ ਨਹੀਂ ਹੈਗਾ ਫੇਰ ਉਹ ਕੁਦਰਤੀ ਹੀ ਉੱਪਰੋਂ ਹੀ ਉਹ ਕਮਾ ਜਾਂਦਾ ਹੈ ਸਭ ਕੁਝ ਉਹ ਪੂਰੀ ਆਉਣਾ ਫਲ ਜਦੋਂ ਬੜ ਪ੍ਰਾਪਤ ਹੋਇਆ ਦਰਖਤ ਉਹਨੇ ਫਲ ਦੇਣਾ ਹੀ ਦੇਣਾ ਹੈਗਾ ਇਹ ਨਹੀਂ ਕਿ ਨਹੀਂ ਦੇਣਾ ਹੈਗਾ ਹਾਂਜੀ ਆਪ ਪੂਜਾਤ ਕਾ ਹੂ ਨਾ ਪੂਜਤ ਮਾਗ ਮਾਗ ਤਨ ਜੋੜਤ ਪੈ ਸੇ काम क्रोध छुटा लोव ना छुटा मोईर खादारत पी से गुरु साहिब जी साधु दे बारे फरमा रहे है काम क्रोध तु छुटा नहीं मोईर खा तु नहीं छुटा ईरखा भी चलदी रही ਜਾਦੇ ਈਰਖਾ ਕਰਦਾ ਹੈ ਤੇ ਸਾਥ ਪੁਣਾ ਕਿੱਧਰ ਗਿਆ ਇੱਕ ਪਾਸੇ ਬਾਣੇ 'ਚ ਲਿਖਿਆ ਹੈ ਸਰਬਤਕਾ ਭਲਾ ਉਹ ਸਰਬਤਕਾ ਭਲਾ ਕਿੱਥੋਂ ਹੋਇਆ ਜਿਆਦਾ ਸੀ ਇੱਕ ਦੂਜੇ ਦੀ ਈਰਖਾ ਹੀ ਕਰਨੀ ਹੈ ਸੇ ਸਰਬਤਕਾ ਭਲਾ ਕਿਸ ਤਰ੍ਹਾਂ ਹੋਇਆ ਸਵਾਮੀ ਜੀ ਮਹਾਰਾਜ ਐਸੇ ਵਾਸਤੇ ਫਰਮਾਉਂਦੇ ਆ ਸਭ ਕੋ ਸੁਖ ਭਜਾ ਤੇਰੇ ਭਲੇ ਕੋ ਕਹੋ ਸਭ ਕੋ ਮਿੱਠਾ ਬੋਲ ਤੇਰੇ ਭਲੇ ਕੋ ਕਹੋ ਇਸ ਨੂੰ ਅੱਛਾ ਕੰਮ ਕਰਨ ਦਾ ਸਭ ਨੂੰ ਮਿੱਠਾ ਜਿਹੜਾ ਬੋਲਣਾ ਹੈ ਉਹ ਸਾਰਿਆਂ ਨੂੰ ਸੁਖ ਭਜਾਨ ਦੀ ਔਰ ਕਿਸੇ ਨਾਲ ਸੁਖ ਚੀਜ਼ ਤੁਸੀਂ ਖਾਣਾ ਖਵਾ ਦਿਓ ਕਿਸੇ ਨੂੰ ਕੋਈ ਭੈੜੀ ਗੱਲ ਕਹਿ ਦੇ ਉਹ ਹੀ ਸੁਆ ਬਣ ਜਾਂਦੀ ਕਪੜਾ ਦੇ ਦਿਓਗੇ ਪੈਸੇ ਦੇ ਦਿਓਗੇ ਕੋਈ ਮਾੜੀ ਗੱਲ ਕਹਿ ਦਿਓਗੇ ਉਹ ਕੁਝ ਵੀ ਨਹੀਂ ਰਹੇਗਾ ਪੱਲੇ ਤੁਸੀਂ ਮਿੱਠੀ ਜ਼ੁਬਾਨ ਨਾਲ ਪਿਆਰ ਨਾਲ ਤੁਸੀਂ ਬੋਲੋਗੇ ਉਹਨੂੰ ਠੰਡ ਪੈ ਜਾਏਗੀ ਉਹ ਖੁਸ਼ ਹੋ ਜਾਏਗਾ ਤੁਹਾਡੇ ਤੇ ਇੱਕ ਪਾਦਸ਼ਾਹ ਦਾ ਨੌਕਰ ਸੀ ਤੇ ਪਾਦਸ਼ਾਹ ਨੇ ਨੌਕਰ ਨੂੰ ਕਿਹਾ ਕਿ ਅੱਜ ਕੌੜੇ ਤੋਂ ਕੌੜਾ ਖਾਣਾ ਬਣਾ। ਨੌਕਰ ਜਿਹੜਾ ਸੀ ਉਹ ਕੋਈ ਸਾਧੂਆਂ ਸੰਤਾਂ ਦੀ ਸੇਵਾ ਕਰਦਾ ਹੁੰਦਾ ਸੀ ਸੰਗਤ ਕਰਦਾ ਸੀ। ਉਹਨੂੰ ਕੋਈ ਸਮਝ ਸੀ। ਉਸ ਨੇ ਇੱਕ ਜ਼ਬਾਨ ਦਾ ਨਕਸ਼ਾ ਬਣਾ ਕੇ ਤਲਕੇ ਅੱਗੇ ਰੱਖ ਦਿੱਤਾ। ਪਾਦਸ਼ਾਹ ਕਹਿੰਦਾ ਹੈ ਇਹ ਕੀ ਕੌੜਾ ਹੈ ਕਾ ਨੌਕਰ ਨੇ ਕਿਹਾ ਮਹਾਰਾਜ ਇਹ ਬਹੁਤ ਕੌੜਾ ਹੈ ਇਹ ਖਾਣਾ ਬਹੁਤ ਕੌੜਾ ਜਿਸ ਘਰ ਵਿੱਚ ਇਹਦਾ ਵਰਤੌ ਹੋ ਜਾਂਦਾ ਹੈ ਉਹ ਘਰ ਦੀ ਫਲਤੀ ਫਲਤੀ ਹੋ ਜਾਂਦੀ ਪੇਉ ਪੋਤੇ ਦੇ ਦੁਸ਼ਮਣ ਬਣ ਜਾਂਦੇ ਭਰਾ ਭਰਾ ਦੇ ਦੁਸ਼ਮਣ ਬਣ ਜਾਂਦੇ ਕਤਲ ਆਮ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਸ ਪਿੰਡ ਵਿੱਚ ਇਹ ਖਾਣਾ ਚਲਾ ਜਾਂਦਾ ਪਿੰਡ ਦੀ ਤਪਾਈ ਕਰ ਦਿੰਦਾ ਜਿਸ ਰਾਜ ਵਿੱਚ ਇਹ ਖਾਣਾ ਚਲਾ ਜਾਂਦਾ ਹੈ ਰਾਜ ਦੀ ਤਪਾਈ ਕਰ ਦਿੰਦਾ ਕੈਰੋਂ ਪਾਂਡਵਾ ਕੈਰੋਂ ਪਾਂਡਵਾ ਦਾ ਜੰਗ ਹੋਇਆ ਕਦੇ ਨਾਲ ਹੋਇਆ ਜ਼ਬਾਨ ਤੋਂ ਹੋਇਆ ਪਾਦਸ਼ਾਹ ਨੂੰ ਮੰਨਣਾ ਪਿਆ ਕਿ ਠੀਕ ਹੈ ਉੜੀ ਜਬਾਨ ਕਿਸੇ ਨੂੰ ਕਹਿ ਦਿਓ ਕੁਛ ਕਹਿ ਦਿਓ ਆਪ ਤੇ ਗਾਲੀ ਕਬੀਰ ਸਾਹਿਬ ਨੇ ਕਿਹਾ ਆਪ ਤੇ ਗਾਲੀ ਏਕ ਹੈ ਉਲਟ ਤੇ ਗਾਲੀ ਨੇਕ ਕਹੇ ਕਬੀਰ ਆ ਹੁਲਟੀ ਏ ਏਕ ਹੀ ਏਕ ਕੋ 21 ਹੋਗੀ ਉਹਨੂੰ ਉਲਟੋ ਨਾ ਏਕ ਆਇਏ ਤੇ ਇੱਕ ਰਹੇਗੀ ਜੇ ਉਲਟਿਆ ਤੇ ਨੇਕਾਂ ਬਣ ਗਈਆਂ ਪਾਦਸ਼ਾਹ ਨੂੰ ਮੰਨਣਾ ਪਿਆ ਕਿ ਠੀਕ ਹੈ ਇਹ ਖਾਣਾ ਬਾਕੀ ਕੋੜਾ ਦੂਸਰੇ ਦਿਨ ਕਿਹਾ ਕਿ ਅੱਜ ਮਿੱਠੇ ਤੋਂ ਮਿੱਠਾ ਖਾਣਾ ਬਣਾ। ਉਸਨੇ ਫਿਰ ਜ਼ਬਾਨ ਦਾ ਨਕਸ਼ਾ ਤਿਆਰ ਕਰਕੇ ਤਲਕੇ ਰੱਖ ਦਿੱਤਾ। ਬਾਸਨ ਨੇ ਕਿ ਕੱਲ ਵਾਲਾ ਖਾਣਾ ਹੈ। ਕਹਿੰ ਲੱਗੇ ਜੀ ਨਹੀਂ। ਇਹ ਕੱਲ ਵਾਲਾ ਨਹੀਂ ਹੈ, ਇਹ ਹੋਰ ਹੈ। ਇਹ ਹੋਰ ਕਿਹੜਾ ਹੈ? ਉਸੇ ਤਰ੍ਹਾਂ ਦਾ ਹੈਗਾ। ਕਹਿੰਦੇ ਜੀ ਨਹੀਂ। ਇਸ ਜ਼ੁਬਾਨ ਦੇ ਨਾਲ ਰਿਸ਼ੀਆਂ ਮੁਣੀਆਂ ਨੇ ਸੰਤਾਂ ਮਹਾਂਪੁਰਖਾਂ ਨੇ ਹੌਲੀਏ ਪਕੰਬਰ ਦੁਨੀਆ ਤੇ ਆਏ ਉਹਨਾਂ ਪਰਮਾਤਮਾ ਦੀ ਭਗਤੀ ਕੀਤੀ ਹੈ ਤੇ ਲੱਖਾਂ ਕਰੋੜਾਂ ਜੀਵਾਂ ਦਾ ਭਲਾ ਕਰ ਗਏ ਐਸੇ ਜ਼ੁਬਾਨ ਦੇ ਨਾਲ ਇਹ ਹੀ ਜ਼ੁਬਾਨ ਸਾਨੂੰ ਘੋੜੇ ਤੇ ਚੜ੍ਹ ਦਿੰਦੀ ਹੈ ਇਹ ਹੀ ਗਦੇ ਤੇ ਚੜ੍ਹ ਦਿੰਦੀ ਹੈ ਐਸੇ ਜ਼ੁਬਾਨ ਨਾਲ ਅਸੀਂ ਨਸ਼ਟ ਹੋ ਸਕਦੇ ਹਾਂ ਐਸੇ ਜ਼ੁਬਾਨ ਨਾਲ ਸਾਨੂੰ ਖੁਸ਼ੀ ਮਿਲ ਸਕਦੀ ਹੈ ਸਵਾਮੀ ਜੀ ਮਹਾਰਾਜ ਐਸੇ ਵਾਸਤੇ ਫਰਮਾਇਆ ਸਭ ਕੋ ਸੁਖ ਵਜਾ ਤੇਰੇ ਭਲੇ ਕੋ ਕਹੋ ਸਭ ਕੋ ਮਿੱਠਾ ਬੋਲ ਤੇਰੇ ਭਲੇ ਕੋ ਕਹੋ ਤੂੰ ਸਾਰਿਆਂ ਨੂੰ ਸੁਖ ਪਹੁੰਚਾਣਾ ਤੇ ਫਿਰ ਆਪਣੀ ਜ਼ੁਬਾਨ 'ਚ ਮਠਿਆਸ ਰੱਖ ਆਪਣੀ ਜ਼ੁਬਾਨ 'ਚ ਕੋਈ ਭੈੜਾ ਲਫਜ਼ ਨਾ ਕੱਢੀ ਤਾਂ ਕਿ ਤੈਨੂੰ ਵੀ ਪਹਿਲਾਂ ਪਹਿਲਾਂ ਤੇ ਤੈਨੂੰ ਹੀ ਦੁੱਖ ਹੋਏਗਾ ਉਸ ਦੇ ਬਾਅਦ ਦੂਸਰੇ ਨੂੰ ਦੁੱਖ ਹੋਏਗਾ ਇਸ ਵਾਸਤੇ ਸਵਾਮੀ ਜੀ ਮਹਾਰਾ ਜੀ ਸਾਨੂੰ ਇਹ ਸਮਝਾ ਰਹੇ ਨੇ ਕਿ ਸਾਧ ਮੱਤ ਦੇ ਵਿੱਚ ਅਗਰ ਤੂੰ ਸਾਧ ਮਤ ਬਣਨਾ ਹੈ ਸਾਧੂ ਬਣਨਾ ਹੈ ਤੇ ਇਹਨਾਂ ਚੀਜ਼ਾਂ ਦਾ ਜਿਹੜਾ ਤੈਨੂੰ ਦੇਖਭਾਲ ਕਰਨਾ ਪੈਗੀ ਸੰਭਾਲ ਕਰਨਾ ਪੈਗੀ ਇਹਨਾਂ ਦਾ ਬਰਦਾਸ਼ਤ ਕਰਨਾ ਪਏਗਾ ਇਹ ਚੀਜ਼ਾਂ ਵਿੱਚੋਂ ਕੱਢਣਾ ਪੈਣਗੀ ਹਾਂਜੀ ਕਾਮਨਾ ਛੁਟਾ ਲੋਭ ਨਾ ਛੁਟਾ ਮੋਈ ਰਖਾ ਪੀ ਸੇ ਭਜਨ ਪਾਗਤ ਆਬਿਆਸ ਨਾ ਕਰਤੇ ਕبھی ਨਾ ਛੂਟੋ ਤੁਮ ਇਸ ਜਮਸੇ ਸੁਆਮੀ ਜੀ ਮਹਾਰਾ ਜੀ ਸਾਨੂੰ ਬੜੇ ਤਰੀਕੇ ਨਾਲ ਸਮਝਾ ਰਹੇ ਹੈ કે ભજન સિમરણા અભ્યાસ નહીં તુસી ਕੀਤਾ ઓર કદી ભી તુસી જમદૂતા તુ છોટ નહી શકદે ઓર કિસے તરીકે नाल તુસી ઉના તો છોટ નહી શકદે અગર તુસી ભજન કરોગે અભ્યાસ કરોગે ਉਸ પરમાત્મા ਦਾ નામ જપોગે તો આડે وچ શાંતિ પ્યાર આયેગા محبت આયેગી મહારાજ તીસરી પારシーને પાણી જે ફરમાયા હે શબ્દ સુને સો દૂરો ભાગે ਮਤ ਮਾਰੇ ਜੀਓ ਬੇਪਰਵਾਹ ਮਹਾਰਾ ਜੀ ਤੀਸਰੀ 파ਰਸੀ ਗੁਰੂ ਅਮਰਦਾਸ ਜੀ ਨੇ ਫਰਮਾਇਆ ਹੈ ਜਿਹਦੇ ਪਾਸ ਸ਼ਬਦ ਹੁੰਦਾ ਹੈ ਸੰਤਾ ਮਹਾਂਪੁਰਖਾ ਦੀ ਮੋਹ ਲੱਗੀ ਹੁੰਦੀ ਹੈ ਅਗਰ ਉਸ ਜੀਵ ਦੇ ਪਾਸ ਜਮ ਦੂਰ ਜਿਹੜੇ ਹੈ ਉਹ ਜਾਣਗੇ ਫਿਰ ਉਹ ਭੱਜ ਜਾਣਗੇ ਉਹਦੇ ਲਾਗੇ ਨਹੀਂ ਜਾਣਗੇ ਕੁਝ ਨਹੀਂ ਉਹਨੂੰ ਕਹਿ ਸਕਦੇ ਇਹ ਅੱਗੇ ਕਈ ਵਾਰ ਦੱਸਿਆ ਹੈ ਕਿ ਜਦੋਂ ਕਬੀਰ ਸਾਹਿਬ ਜੀ ਮਹਾਰਾਜ ਸਤਜੁਗ ਦੇ ਵਿੱਚ ਆਏ ਸਤਪੁਰਸ਼ ਦੇ ਹੁਕਮ ਦੇ ਨਾਲ ਉਸ ਵਕਤ ਨਰਿਣ ਨੇ ਕਾਲ ਨੇ ਕਿਹਾ ਕਿ ਤੂੰ ਕੀ ਕਰਨਾ ਹੈ ਜਗਤ ਵਿੱਚ ਜਾ ਕੇ ਇਹ ਦੁਨੀਆ ਤੇ ਮੈਂ ਕੋਈ ਵੀ ਬੇਲਾ ਨਹੀਂ ਛੱਡਿਆ ਸਾਰਿਆਂ ਨੂੰ ਕੰਮ ਲਗਾਇਆ ਹੈ ਤੇਰਾ ਤੇਰੀ ਗੱਲ ਸੁਣਨੀ ਕਿੰਨੇ ਕਿੰਨਾ ਵਿਦੇਸ਼ ਤੇਰਾ ਸੁਣਨਾ ਪਰ ਫਿਰ ਵੀ ਉਹਨਾਂ ਮਜਬੂਰ ਕੀਤਾ। ਫਿਰ ਕਾਲ ਨੇ ਇਹ ਕਹਿਣਾ ਪਿਆ ਨਰਿੰਦਰ ਨੇ ਉਹਨਾਂ ਨੂੰ। ਜਾਓ ਜਿਹਦੇ ਤੇ ਤੁਹਾਡੀ ਮੋਹਰ ਲੱਗੀ ਹੋਵੇਗੀ ਫਕੀਰਾਂ ਦੀ ਉਹ ਮੇਰੇ ਸਿਰ ਤੇ ਕਦਮ ਰੱਖ ਕੇ ਲੰਘ ਜਾਏਗਾ ਮੈਂ ਕੁਝ ਨਹੀਂ ਕਹਿ ਸਕਦਾ ਉਹਨਾਂ ਨੂੰ। ਮੈਂ ਨਹੀਂ ਉਹਨੂੰ ਕੁਝ ਵੀ ਕਹਿ ਸਕਦਾ। ਜਿਹਦੇ ਤੇ ਫਕੀਰਾਂ ਦੀ ਮੋਹਰ ਲੱਗੀ ਹੋएगी। ਇਸ ਵਾਸਤੇ Swami ji Maharaj ਜੋ ਬਾਣੀ ਜੇ ਫਰਮਾ ਰਹੇ ਠੀਕ ਫਰਮਾ ਰਹੇ ਹੈ। ਭਜਨ ਨਹੀਂ ਕੀਤਾ ਅਭਿਆਸ ਨਹੀਂ ਕੀਤਾ ਕਿਸ ਤਰ੍ਹਾਂ ਅਸੀਂ ਜਮਦੂਤਾਂ ਤੋਂ ਛੁੱਟ ਜਾਵਾਂਗੇ ਜਿਸ ਤਰੀਕੇ ਨਾਲ ਅਸੀਂ ਛੁੱਟਣਾ ਉਹ ਅਸੀਂ ਕੰਮ ਕੀਤਾ ਹੀ ਨਹੀਂ ਗੱਲਾਂ ਦਾ ਮજબੂਰ ਨਹੀਂ ਗੱਲਾਂ ਨਾਲ ਅਸੀਂ ਛੁੱਟ ਨਹੀਂ ਸਕਦੇ ਇਥੇ ਕਰਨੀ ਦੀ ਜ਼ਰੂਰਤ ਹੈ ਕੰਮ ਦੀ ਲੋੜ ਹੈ ਜਿਸ ਕੰਮ ਨਾਲ ਗੱਲ ਬਣਨੀ ਹੈ ਜਦੋਂ ਅਸੀਂ ਕੰਮ ਹੀ ਨਹੀਂ ਕਰਦੇ ਤੇ ਸਾਡਾ ਉਹ ਬਣੇਗਾ ਕਿੰਨਾ ਇਹ ਸਵਾਮੀ ਜੀ ਮਾਰੇ ਸਾਨੂੰ ਸਮਝਾ ਰਿਹਾ ਹੈ ਹਰ ਇੱਕ ਨੂੰ ਸਮਝਾ ਰਿਹਾ ਕਿਸੇ ਦਾ ਨਾਂ ਨਹੀਂ ਲੈ ਰਿਹਾ ਸਾਰਿਆਂ ਨੂੰ ਸਮਝਾ ਰਿਹਾ ਸੰਤਾਂ ਦੀ ਬਾਣੀ ਜਿਹੜੀ ਹੈ ਮਸ਼ਤਰਕਾ ਹੁੰਦੀ ਹੈ ਜੋ ਕੁਝ ਵੀ ਉਹਨਾਂ ਨੇ ਲਿਖਿਆ ਹੁੰਦਾ ਜੋ ਕੁਝ ਵੀ ਬਾਣੀ ਚ ਫਰਮਾਉਂਦੇ ਆ ਉਹ ਸਾਰਿਆਂ ਨੂੰ ਕਿਸੇ ਇੱਕ ਬੰਦੇ ਨੂੰ ਨਹੀਂ ਹਾਂਜੀ ਭਜਨ ਭਗਤ ਅਭਿਆਸ ਨ ਕਰਤੇ ਕਭੀ ਨ ਛੂਟੋ ਤੁਮ ਇਸ ਜਮ ਸੇ ਘਰ ਛੋੜਾ ਉਦਮ ਪੋਨ ਛੋੜਾ ਮਿਹਨਤ ਕੋਈ ਨਾ ਕਰਤੇ ਇਹ ਸਾਧੂ ਦੇ ਬਾਰੇ ਗੁਰੂ ਸਾਹਿਬ ਜੀ ਫਰਮਾ ਰਿਹਾ ਹੈ ਇਹ ਸਾਧੂ ਤੂੰ ਘਰ-ਬਾਰ ਵੀ ਛੱਡਿਆ ਫਿਰ ਤੂੰ ਉਦਮ ਵੀ ਕੋਈ ਨਹੀਂ ਕਰਦਾ ਮਿਹਨਤ ਵੀ ਨਹੀਂ ਕਰਦਾ ਤੂੰ ਇੱਕ ਪਾਸਾ ਛੱਡਿਆ ਦੂਜਾ ਪਾਸਾ ਹੀ ਬਣਾ ਲੈ ਜੇ ਇੱਕ ਪਾਸਾ ਛੱਡਿਆ ਹੀ ਹੈ ਉਧਰੋਂ ਘਾਟਾ ਪਿਆ ਤੇ ਦੂਜਾ ਪਾਸਾ ਹੀ ਬਣਾ ਲੈ ਕੁਛ ਨਾ ਕੁਛ ਉਦਮ ਕਰ ਮਿਹਨਤ ਕਰ ਭਜਨ ਸਿਮਰਨ ਕਰ ਤਾਂ ਕਿ ਤੇਰਾ ਕੁਝ ਬਣ ਜਾਏ ਜੇ ਤੂੰ ਇੱਕ ਪਾਸਾ ਵੀ ਛੱਡਿਆ ਅੱਗੇ ਵੀ ਕੁਛ ਨਹੀਂ ਕੀਤਾ ਫਿਰ ਕੀ ਬਣਿਆ ਗੁਜਰਾਂ ਚੁੱਕਾ ਹੋਆ ਪਰਾਈ ਨਾਉ ਤ ਖਦਾਈ ਨਾਉ ਤ ਖਦਾਈ ਕੋਈ ਮੁਸਲਮਾਨ ਗੁਜਰੀ ਹੋ ਪਰਾਇਆਂ ਜੇ ਦਾਖਲ ਹੋ ਗਏ ਭਰਾਇ ਜਿਹੜੇ ਉਹ ਗਾਂਦੇ ਵਜਾਉਂਦੇ ਹੁੰਦੇ ਢੋਲ ਵਜਾਉਂਦੇ ਹੈਗੇ ਢੋਲ ਵਜਾਣਾ ਉਹਨੂੰ ਆਇਆ ਨਹੀਂ ਉਹ ਫਿਰ ਕਹਿੰਦਾ ਮੈਂ ਚੰਗਾ ਗੁਜਰੋਂ ਚੁੱਕਾ ਹੋਆ ਪਰਾਈ ਨਾ ਉਤਕਦਾਈ ਨਾ ਸੁਖਦਾਈ ਮੈਂ ਇਧਰ ਵੀ ਆਇਆ ਢੋਲ ਵਜਾਣਾ ਵੀ ਮੈਨੂੰ ਨਹੀਂ ਆਇਆ ਤੇ ਮੈਂ ਆਪਣਾ ਵੀ ਕੰਮ ਛੱਡ ਦਿੱਤਾ ਤੇ ਇਧਰੋਂ ਵੀ ਮੈਨੂੰ ਕੁਝ ਨਹੀਂ ਮਿਲਿਆ ਨਾ ਮੈਨੂੰ ਜਾ ਚਾਹੀਏ ਇਸ ਵਾਸਤੇ ਸਾਧੂ ਬਾਰੇ ਗੁਰੂ ਸਾਹਿਬ ਜੀ ਫਰਮਾ ਰਹਿਆ ਤੂੰ ਘਰ-ਵਾਰ ਵੀ ਛੱਡਿਆ ਔਰ ਉਦਮ ਵੀ ਨਹੀਂ ਤੂੰ ਕਰਦਾ ਮਿਹਨਤ ਵੀ ਨਹੀਂ ਕਰਦਾ ਤੂੰ ਮਿਹਨਤ ਕਰ ਉਦਮ ਕਰ ਆਲਸ ਨਾ ਕਰ ਉਸ ਮਾਲਕ ਦਾ ਨਾਮ ਜਪ ਤਾਂ ਕਿ ਕੁਛ ਨਾ ਕੁਛ ਬਣ ਜਾਵੇ ਹਾਂਜੀ ਕਰ ਛੋੜਾ ਯੁੱਧਮ ਪੁਨ ਛੋੜਾ ਮਿਹਨਤ ਕੋਈ ਨਾ ਕਰ ਤੇ ਦੇਸ ਵਿਦੇਸ ਫਿਰੋ ਚਖਮਾਰਤ ਕਫਨ ਪਹਿਨ ਕਿਉ ਲਾਜ ਲਗਾਤੇ ਗੁਰੂ ਸਾਹਿਬ ਜੀ ਸਾਧੂ ਬਾਰੇ ਫਰਮਾਰੇ ਹੈ ਕਿ ਦੇਸਾਂ ਪਰਦੇਸਾਂ ਚ ਤੂੰ ਫਿਰਦਾ ਹੈ ਰੰਗ ਬਰੰਗੇ ਕੱਪੜੇ ਪਾ ਲੇ ਬੇਸ਼ ਬਣਾ ਲਿਆ ਉਲਟਾ ਫੁਲਟਾ ਲੋਕਾਂ ਨੂੰ ਡਰਾਣਾ ਸ਼ੁਰੂ ਕਰ ਲਿਆ ਲੋਕਾਂ ਨੂੰ ਡਰਾਣਾ ਸ਼ੁਰੂ ਕਰ ਲਿਆ ਲੇਕਿਨ ਆਪਣਾ ਕੁਛ ਨਹੀਂ ਬਣਿਆ ਜੋ ਬਣਨਾ ਚਾਹੀਦਾ ਸੀ ਉਹ ਨਹੀਂ ਬਣਿਆ ਹਾਂਜੀ ਤੇ ਸਵਿਦੇ ਸਫਰਾ ਚਖਮਾਰਤ ਕਫਨ ਪਹਿਨ ਕਿਉ ਲਾਜ ਲਗਾਤੇ ਵੇਸ਼ ਬਦਲ ਕੇ ਰੰਗ ਬਰੰਗੇ ਕੱਪੜਿਆਂ ਤੇ ਪਰਮਾਤਮਾ ਖੁਸ਼ ਨਹੀਂ ਹੁੰਦਾ ਸੰਤ ਜਿਹੜੇ ਦੁਨੀਆ ਤੇ ਆਏ ਐ ਉਹ ਤੇ ਇਹ ਕਹਿੰਦੇ ਭਾਈ ਤੈਨੂੰ ਵੇਸ਼ ਬਦਲ ਦੀ ਜ਼ਰੂਰਤ ਨਹੀਂ ਤੂੰ ਜੈਸਾ ਐ ਵੈਸਾ ਹੀ ਰਹੁ ਸਿਰਫ ਇੱਕ ਚੀਜ਼ ਨੂੰ ਬਦਲ ਜਿਹੜਾ ਤੇਰਾ ਰਾਧਾ ਗਲਤ ਪਾਸੇ ਜਾਂਦਾ ਏ ਜਿਹੜਾ ਤੇਰਾ ਖਿਆਲ ਗਲਤ ਪਾਸੇ ਜਾਂਦਾ ਏ ਉਸ ਨੂੰ ਸਹੀ ਰਸਤੇ ਤੇ ਲਿਆ ਆਪਣੇ ਮਾਲਕ ਦੀ ਤਰਫ ਲਿਆ ਇੱਕੋ ਚੀਜ਼ ਨੂੰ ਬਦਲਦੇ ਹੋਰ ਕਿਸੇ ਨੂੰ ਬਦਲਣ ਦੀ ਲੋੜ ਨਹੀਂ ਐ ਤੂੰ ਜਿਹੜੇ ਮਰਜ਼ੀ ਕੱਪੜੇ ਪਾ ਲੈ ਅਰੇ ਪਾ ਲੈ ਚਿੱਟੇ ਪਾ ਲੈ ਲਾਲ ਪਾ ਲੈ ਜਿਹੜੇ ਮਰਜ਼ੀ ਪਾ ਲੈ ਉਦੇ ਨਾਲ ਕੋਈ ਫਰਕ ਨਹੀਂ ਪੈਂਦਾ ਸਿਰਫ ਆਪਣੇ ਰਾਜੇ ਨੂੰ ਬਦਲਣ ਦੀ ਕੋਸ਼ਿਸ਼ ਕਰ ਹਾਂਜੀ ਦਾ ਕਪਟ ਛਲਹਿਰ ਦੇ ਬਸ ਤਾ ਗਿਰਹੀ ਕੋ ਆਚਾਰ ਦਿਖਾਤੇ ਗੁਰੂ ਸਾਹਿਬ ਜੀ ਫਰਮਾ ਰਿਹਾ ਤੇਰੇ ਅੰਦਰ ਕੀ ਕੁਝ ਬਸਦਾ ਹੈ ਲੇਕਿਨ ਗ੍ਰਸਤੀ ਲੋਕ ਜਿਹੜੇ ਐ ਉਹਨਾਂ ਤੋਂ ਆਪਣੀਆਂ ਰਹਿਤਾਂ ਦੱਸਦਾ ਹੈ ਕਿ ਮੇਰੀ ਆ ਰਹਿਤਾਂ ਨਾ ਮੇਰਾ ਵੇਸ਼ ਹੈ ਮੈਂ ਸਾਧੂ ਆ ਤੇ ਅੰਦਰ ਨੇ ਤੂੰ ਝਾਂਤੀ ਮਾਰੀ ਕਿ ਅੰਦਰ ਤੇਰੇ ਕੀ ਕੁਝ ਵਸਦਾ ਹੈਗਾ ਕਿਹੜੇ ਪਾਸੇ ਤੇ ਪਿਆ ਤੂੰ ਕੀ ਕਰਮ ਤੂੰ ਕਰ ਰਿਹਾ ਭਜਨ ਸੇਵਨ ਕੀਤਾ ਨਹੀਂ ਜੋ ਕਰਨਾ ਸੀ ਉਹ ਕੀਤਾ ਨਹੀਂ ਘਰ-ਬਾਰ ਵੀ ਛੱਡ ਦਿੱਤਾ ਔਰ ਕਫਣ ਪਹਿਣ ਕੇ ਉਸ ਪਰਮਾਤਮਾ ਨੂੰ ਵੀ ਲਾਜ ਲਵਾਣੇ ਉਦਾ ਨਾਂ ਲੈ ਲੈ ਕੇ ਮੰਗ ਮੰਗ ਕੇ ਤੂ ਆਪਣਾ ਧਨ ਜੋੜ ਰਿਆ ਹੈ ਇਹ ਸੁਆਮੀ ਜੀ ਮਹਾਰਾਜ ਪੇਖੀ ਸਾਧੂ ਜੜਿਆ ਉਹਨਾਂ ਦੇ ਬਾਰੇ ਫਰਮਾਰੇ ਹਾਂਜੀ ਦਬ ਕਪਟ ਛਲ ਲਹਿਰ ਦੇ ਵਸ ਤਾ ਗਿਰਹੀ ਕੋ ਆਚਾਰ ਦਿਖਾ ਆਵੇ ਰੋਟੀ ਪੂਰੀ ਪੇਦ ਸਮਝ ਤੇ ਬਹੁਤ ਸਾਰੇ ਸਾਧੂ ਐਸਾ ਕਰਦੇ ਐ ਚੌਂਕਾਕਾਰ ਭਾਕੇ ਤੇ ਖੱਬੇ ਹੱਥ ਨੂੰ ਬਾਹਰ ਕੱਢ ਦੇਣਾ ਇਹ ਖਾਣਾ ਖਾਣਾ ਇੱਕ ਬਾਂਦਾ ਬੜਾ ਸਿਆਣਾ ਬਜ਼ੁਰਗ ਸੀ 47 ਦੇ ਪਹਿਲਾਂ 47 ਦੇ ਪਹਿਲਾਂ ਸਾਧੂਆਂ ਦੇ ਝੁੰਡ ਆਉਂਦੇ ਹੁੰਦੇ ਪਿੰਡਾਂ ਦੇ ਵਿੱਚ ਤੇ ਕਈ ਬਜ਼ੁਰਗ ਜਿਹੜੇ ਆਉਂਦੇ ਉਹਨਾਂ ਕੋਲ ਬੈਠ ਕੇ ਗੱਲਾਂ ਬਾਤਾਂ ਕਰਨੀ ਜਦੋਂ ਉਹ ਖਾਣਾ ਖਾਣ ਲੱਗਾ ਤੇ ਖੱਬੇ ਹੱਥ ਨੂੰ ਉਹਨੇ ਬਾਹਰ ਕੱਢ ਦਿੱਤਾ ਉਹਨੂੰ ਪੁੱਛਿਆ ਬਾਬਾ ਜੀ ਇਸ ਨੂੰ ਬਾਹਰ ਕਿਉਂ ਕੱਢਿਆ ਤੂੰ ਕਹਿੰਦੇ ਜੇ ਤੋ ਗੰਦਾ ਹੈ ਜੇ ਇਹ ਮੈਲਾ ਸਾਫ ਕਰਤਾ ਹੈ ਇਸ ਕੋ ਕਾਰ ਕੇ ਬਾਹਰ ਮੈਂਕ ਨਕਾਲ ਦਿਆ ਇਹ ਗੰਦਾ ਹੈ ਉਹ ਬਜ਼ੁਰਗ ਵੀ ਸਿਆਣਾ ਹੀ ਕੁਝ ਕਹਿੰਦਾ ਬਾਬਾ ਜੀ ਜਿਸ ਨੂੰ ਸਾਫ ਕਰਦਾ ਉਹ ਤੇ ਕਾਰ ਦੇ ਅੰਦਰ ਹੈਗਾ ਤੇ ਜਿਹੜਾ ਸਾਫ ਕਰਦਾ ਉਹਨੂੰ ਬਾਹਰ ਕੱਢ ਦਿੱਤਾ ਤੂੰ ਇਹ ਕੀ ਪਖੰਡ ਪਾਇਆ ਤੂੰ ਇਸ ਤਰ੍ਹਾਂ ਦੇ ਲੋਕਾਂ ਨੂੰ ਜਿਹੜੇ ਅਣਜਾਣ ਲੋਕ ਜਿਨ੍ਹਾਂ ਨੂੰ ਸਮਝ ਨਹੀਂ ਉਹਨਾਂ ਨੂੰ ਇਹ ਪਖੰਡ ਦੱਸਦੇ ਆਗੇ ਕਾਰਪਾਕੇ ਚੌਂਕਾ ਸੂਚਾ ਕਰ ਲਿਆ ਇਹਦੇ ਵਿੱਚ ਬੈਠ ਕੇ ਖਾਣਾ ਖਾਂਦਾ ਹੈ ਖੱਬੇ ਹੱਥ ਨੂੰ ਬਾਹਰ ਕੱਢਦਾ ਹੈ ਕਿਆ ਇਹ ਮੈਲਾ ਸਾਫ ਕਰਦਾ ਹੈ ਕਿਸੇ ਦੀ ਉਂਗਲ ਮੈਲੇ ਨਾਲ ਲੱਗੇ ਉਹ ਮਿਸਤਰੀਆਂ ਤੇ ਚਲਾ ਗਿਆ ਕਹਿਣ ਲੱਗਾ ਕਿ ਇਸ ਬਾਹਂ ਚੋਦ ਕੋ ਕੱਟ ਦਿਓ ਭਾਈ ਜੇ ਉਂਗਲ ਬੇਸ਼ਤੇ ਸੇ ਪਰੇ ਗਈ ਗੰਦੀ ਹੋ ਗਈ ਹੈ ਉਹ ਮੇਸਰੀ ਨੇ ਕਿਹਾ ਬਾਵਾ ਜੀ ਜਾ ਕੇ ਸਾਫ ਕਰ ਲੋ ਠੀਕ ਠਾਕ ਹੈ ਨਹੀਂ ਨਹੀਂ ਇਸ ਕੋ ਕੱਢ ਦਿਓ ਉਹਨੇ ਪੁੱਠਾ ਤੇਸਾ ਮਾਰੇ ਫਟ ਮੂੰਹ ਚ ਪਾ ਲਈ ਤੇ ਸਹੀ ਪੁੱਠਾ ਮਾਰਿਆ ਉਹਨੇ ਉਹਨੇ ਕਟਣਾ ਦੇ ਬਾਅਦ ਚ ਪਹਿਲਾਂ ਇਹ ਦੇਖ ਲੈਣਾ ਪੁੱਠਾ ਤੇਸਾ ਮਾਰਿਆ ਤਾਂ ਫੜ ਫੜ ਮੂੰਹ ਚ ਪਾ ਲਈ ਦਰਦ ਹੋਣ ਲੱਗੀ ਹੈ ਮੈਂ ਤੇ ਤੈਨੂੰ ਕਿਹਾ ਵੀ ਤੂੰ ਕੱਢ ਦੇ ਇਹਨੂੰ ਤੂੰ ਸਾਫ ਕਰ ਲੈ ਜਾ ਕੇ ਇਸ ਤਰ੍ਹਾਂ ਦੇ ਪਖੰਡ ਕਈ ਬਹੁਤ ਸਾਰੇ ਕਰਦੇ ਬਹੁਤ ਸਾਰੇ ਲੋਕ ਪਖੰਡ ਕਰਦੇ ਸਾਧੂ ਜਿਹੜੇ ਲੋਕਾਂ ਨੂੰ ਦੱਸਦੇ ਜਿੰਨ ਨੂੰ ਕੋਈ ਜਵਾਬ ਨਹੀਂ ਆਉਂਦਾ ਜਿਹਦਾ ਕੋਈ ਮੁਰਸ਼ਿਦ ਨਹੀਂ ਹੁੰਦਾ ਜਿਹੜੇ ਅਨਜਾਨ ਬੰਦੇ ਹੁੰਦੇ ਆ ਉਹ ਵਿਚਾਰੇ ਉਹਨਾਂ ਦੇ ਕਾਬੂ ਆ ਜਾਂਦੇ ਆ ਹਾਂਜੀ ਚੌ ਕੇਸੇ ਹਮ ਰੋਟੀ ਖਾਵੇ ਰੋਟੀ ਪੂਰੀ ਪੇਦ ਸਮਝ ਵਿਚਾਰ ਨਾ ਗੁਰ ਮਿਲਾ ਪੂਰਾ ਗਿਰਹੀ ਕੀ ਪਹਿਲ ਜਾ ਕਰ ਤੇ ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਪੂਰਾ ਕੋਈ ਮਹਾਤਮਾ ਮਿਲਿਆ ਨਹੀਂ ਗਰੀਸਤੀ ਲੋਕਾਂ ਨੂੰ ਪਖੰਡ ਕਰ ਕਰਕੇ ਦੱਸ ਰਿਹਾ ਹੈ ਪੂਰਾ ਕੋਈ ਮੁਰਸ਼ਿਦ ਮਿਲਦਾ ਉਹਨੂੰ ਪੇਹ ਦੇ ਦਿੰਦਾ ਉਹਨੂੰ ਸਮਝ ਆ ਜਾਂਦੀ ਪੂਰਾ ਮੁਰਸ਼ਿਦ ਮਿਲਿਆ ਨਹੀਂ ਔਰ ਗਰੀਸੀ ਲੋਕਾਂ ਨੂੰ ਪੇਖ ਬਣਾ ਬਣਾ ਕੇ ਦੱਸ ਕੇ ਦੇ ਠੱਗ ਠੱਗ ਕੇ ਖਾਂਦੇ ਆਗੇ ਹਾਂਜੀ ਬੋਧ ਵਿਚਾਰਨਾ ਗੁਰੂ ਮਿਲਾ ਪੂਰਾ ਗਿਰਹੀ ਕੀ ਪੈ ਲ ਜਾ ਕ ਤੇ ਸਾਧ ਚਰਨ 86 ਸੇ ਉਤਮ ਪੂਮ ਪਵਿੱਤਰ ਜਹਾਂ ਭਗਤਰ ਤੇ ਸਵਾਮੀ ਜੀ ਮਹਾਰਾਜ ਸਾਧੂ ਦੀ ਤਾਰੀਫ ਕਰ ਰਿਹਾ ਹੈ ਸਾਧ ਚਰਨ 68 ਤੀਰਥ ਜਿਹੜੇ ਸਾਡੇ ਮੋਦਬਾਰਾਂ ਨੇ ਮਿੱਥੇ ਹੈਗੇ 68 ਤੀਰਥ ਜਿਹੜੇ ਐ ਇਹ ਪਵਿੱਤਰ ਸਮਝਿਆ ਔਰ 68 ਤੀਰਥਾਂ ਤੋਂ ਵੀ ਸਾਧੂ ਦੇ ਚਰਨ ਜਿਹੜੇ ਉਹ ਪਵਿੱਤਰ ਦੱਸਿਆ ਆ ਕਿਹੜੇ ਸਾਧੂ ਦੇ ਜਿਸ ਨੇ ਮਨ ਦੀ ਸਾਧਨਾ ਕੀਤੀ ਤੇ ਉਹ ਪਿੱਛੇ ਸਵਾਮੀ ਜੀ ਮਹਾਰਾਜ ਫਰਮਾਇਆ ਹੈ ਜਿਸ ਨੇ ਆਪਣੀਆਂ ਪ੍ਰਕਿਰਤੀਆਂ ਨੂੰ ਬੰਦ ਕੀਤਾ ਹੈ ਜਿਨ੍ਹਾਂ ਮਨ ਦੀ ਸਾਧਨਾ ਕੀਤੀ ਉਹ ਸਾਧੂ ਦੇ ਬਾਰੇ ਆਉਂ ਜਿਸ ਭੂਮੀ ਵਿੱਚ ਉਹ ਚਰਨ ਰੱਖ ਦੇਣਗੇ ਉਹ ਵੀ ਪਵਿੱਤਰ ਹੋ ਜਾਏਗੀ ਕਈ ਵਾਰ ਦੱਸਿਆ ਕਿ ਕਬੀਰ ਸਾਹਿਬ ਜੀ ਮਹਾਰਾਜ ਕਾਂਸੀ ਵਿੱਚ ਰਹਿੰਦੇ ਸਨ ਸ਼ਰਾਬ ਵਾਲਿਆਂ ਨੇ ਬਹੁਤ ਜ਼ੋਰ ਪਾਇਆ ਉਹਨਾਂ ਨੂੰ ਤਕਲੀਫਾਂ ਦੇਣਾ ਸ਼ੁਰੂ ਕਰ ਦਿੱਤੀਆਂ ਉਹਨਾਂ ਸੋਚਿਆ ਵੀ ਚਲੋ ਕਾਂਸੀ ਨੂੰ ਛੱਡ ਦਿੰਨੇ ਆ ਅਸੀਂ ਭਜਨ ਕਰਨਾ ਹੈ ਚਲੋ ਕਿਤੇ ਬਾਹਰ ਚੱਲ ਚਲਦੇ ਆ ਜਿੱਥੇ ਕੋਈ ਸਾਡੇ ਮਗਰ ਜਾਏ ਨਾ ਮਗਰ ਦੇਸ਼ ਸਾਡੇ ਰਿਸ਼ੀਆ ਮੁਣਿਆ ਜਾਂ ਜਿਹੜੇ ਆਲੋਂ ਫਾਜ਼ਲ ਹੋਣ ਨਾ ਰੱਦਿਆ ਸੀ ਕਿ ਇਹ ਇਲਾਕਾ ਜਿਹੜਾ ਹੈ ਇਸ ਇਲਾਕੇ ਦੇ ਵਿੱਚ ਕੋਈ ਬੰਦਾ ਮਰੇਗਾ ਉਹ ਗਦੇ ਦੀ ਜੂਣ ਵੀ ਜਾਏਗਾ ਕਿਉਂਕਿ ਇਹ ਪਵਿੱਤਰ ਨਹੀਂ ਹੈ ਉਹਨੂੰ ਇੱਕ ਫਤਵਾ ਲਗਾਇਆ ਹੋਇਆ ਸੀ ਮਗਰ ਦੇਸ਼ ਜਿਹੜਾ ਸੀ ਕਬੀਰ ਸਾਹਿਬ ਜੀ ਉੱਥੇ ਚਲਾ ਗਏ ਕਿ ਚਲੋ ਇੱਥੇ ਕੋਈ ਆਏਗਾ ਨਹੀਂ ਅਸੀਂ ਮੇਰੇ ਨਾਲ ਭਜਨ ਕਰਾਂਗੇ ਆਪਣੇ ਪਰ ਸ਼ਾਦਾਲੂ ਜਿਹੜੇ ਸੀ ਉਹ ਪਿੱਛੇ-ਪਿੱਛੇ ਚਲਾ ਗਏ ਉਸੇ ਦੇਸ਼ ਵਿੱਚ ਉਹ ਇਲਾਕਾ ਜਿਹੜਾ ਵਿਛੰਡਾ ਹੋ ਗਿਆ ਕਲੋਣੀਆਂ ਬਣ ਗਈਆਂ ਜ਼ਮੀਨਾਬਾਦ ਹੋ ਗਈਆਂ ਫਸਲ ਹੋਣਾ ਸ਼ੁਰੂ ਹੋ ਗਏ ਸ਼ਹਿਰ ਬਸ ਗਏ ਉਸ ਲਾਕੇ ਵਿੱਚ ਕਬੀਰ ਸਾਹਿਬ ਜੀ ਬਹੁਤ ਦਿਨ ਰਹੇ ਐ ਔਰ ਉਥੇ ਹੀ ਉਹਨਾਂ ਨੇ ਸਰੀਰ ਆਪਣਾ ਛੱਡਿਆ ਹੈ ਦੋ ਜਗ੍ਹਾ ਬਣੀਆਂ ਅਸੀਂ ਦੇਖਿਆ ਏਕ ਜਗ੍ਹਾ ਤੇ ਮੁਸਲਮਾਨ ਰਹਿੰਦਾ ਏਕ ਤੇ ਹਿੰਦੂ ਰਹਿੰਦਾ ਉਹਨਾਂ ਦੇ ਜਾਣ ਤੋਂ ਬਾਅਦ ਮੁਸਲਮਾਨਾਂ ਵੀ ਰੌਲਾ ਪਾਇਆ ਹਿੰਦੂਆਂ ਨੇ ਵੀ ਮੁਸਰਮਾਨ ਕਹਿੰਨ ਸਾਡਾ ਪੀਰ ਹੈ ਅਸੀਂ ਆਪਣੀ ਸ਼ਰਧ ਦੇ ਮਤਲਬ ਅਕ ਇਹਨਾਂ ਦਾ ਸੰਸਕਾਰ ਕਰਨਾ ਹੈ ਹਿੰਦੂ ਕਹਿੰਨ ਸਾਡਾ ਗੁਰੂ ਪਰ ਲਬਾ ਕਿਸੇ ਨੂੰ ਵੀ ਕੁਝ ਨਹੀਂ ਕਬੀਰ ਸਾਹਿਬ ਜੀ ਫਿਰ ਉਹਨਾਂ ਆਵਾਜ਼ ਦਿੱਤੀ ਕਿ ਦਰਵਾਜ਼ਾ ਖੋਲੋ ਦਰਵਾਜ਼ਾ ਖੋਲਿਆ ਕਹਿੰਦੇ ਤੁਸੀਂ ਲੜੋ ਨਾ ਇਹ ਇਤਿਹਾਸ ਦੱਸਦਾ ਹੈ ਜੋ ਲਿਖਣ ਵਾਲਾ ਹੈ ਕਿ ਦੋ ਚਾਦਰਾਂ ਮੰਗਾਈਆਂ ਉਹਨਾਂ ਨੇ ਉਹਨਾਂ ਦੋਨਾਂ ਚਾਦਰਾਂ ਤੇ ਫੁੱਲ ਵਿਛਾ ਦਿੱਤੇ ਕਿਆ ਕਿ 1 ਘੰਟੇ ਦੇ ਬਾਅਦ ਤੁਸੀਂ ਫੇਰ ਦਰਵਾਜਾ ਖੋਲਣਾ ਹੈ ਜੇ ਤੂੰ ਬਾਤ ਵਿੱਚ ਦਰਵਾਜਾ ਖੋਲ੍ਹਿਆ ਉੱਥੇ ਸ਼ਰੀਰ ਨਹੀਂ ਲੱਭਾ ਚਾਦਰਾਂ ਦੋ ਲਬੀਆਂ ਇੱਕ ਚਾਦਰ ਮੁਸਲਮਾਨਾਂ ਲੈ ਲਈ ਇੱਕ ਹਿੰਦੂਆਂ ਲੈ ਲਈ ਇੱਕ ਨੇ ਜਮੀਨ ਵਿੱਚ ਦਫਨ ਕਰਤੀ ਇੱਕ ਨੇ ਜਲਾ ਦਿੱਤੀ ਦੋ ਜਗ੍ਹਾ ਬਣੀਆਂ ਨੇ ਉਸ ਲਾਕੇ ਨੂੰ ਵੀ ਪਵਿੱਤਰ ਕੀਤਾ ਜੋ ਸੁਆਮੀ ਜੀ ਮਹਾਰਾਜ ਬਾਣੀ ਜੀ ਫਰਮਾਰੇ ਸਾਧੂ ਦੇ ਬਾਰੇ ਫਰਮਾਰੇ ਹੈ ਜੇ ਨਾ ਸਾਧੂ ਆ ਨਾ ਦਿਨ ਰਾਤ ਨਾਮ ਦੀ ਕਮਾਈ ਕੀਤੀ ਹੈ ਇਹ ਗੱਲਾਂ ਬਾਤਾਂ ਵਾਲਿਆਂ ਨੂੰ ਨਹੀਂ ਜਿਹੜੇ ਵੇਸ਼ ਬਦਲਦੇ ਉਹਨਾਂ ਨੂੰ ਨਹੀਂ ਪਖੰਡ ਵਾਲਿਆਂ ਨੂੰ ਨਹੀਂ ਕਿਹਾ ਜੇ ਨਾ ਦਿਨ ਰਾਤ ਨਾਮ ਦੀ ਕਮਾਈ ਕੀਤੀ ਹੈ ਉਹਨਾਂ ਦੇ ਚਰਨ ਜਿਹੜੇ ਆ 68 ਤੀਰਥਾਂ ਤੋਂ ਵੀ ਉੱਪਰ ਨੇ ਹਾਂਜੀ ਸਾਧ ਚਰਨ 86 ਸੇ ਉਤਮ ਪੂਮ ਪਵਿੱਤਰ ਇਹਾਂ ਭਗਤਰ ਤੇ ਤੁਮ ਤੋ ਕਰਮ ਪਰਮ ਮੇ ਪਟ ਕੇ ਸਾਧਨਾਮ ਆਪਣਾ ਕਿਉ ਧਰ ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਿਹਾ ਹੈ ਸਾਧੂ ਤੂੰ ਤੇ ਕਰਮਾ ਧਰਮਾ 'ਚ ਫਸਿਆ ਹੈ ਤੂੰ ਆਪਣਾ ਨਾਂ ਸਾਧੂ ਕਦੇ ਵਾਸਤੇ ਰਖਾਉਂਦੇ ਹੈ ਕਿ ਸਾਧੂਆਂ ਵਾਲਾ ਗੁਣ ਤੇ ਤੇਰੇ 'ਚ ਆਇਆ ਹੀ ਨਹੀਂ ਤੇ ਤੂੰ ਸਾਧੂ ਕਿਉਂ ਆਪਣਾ ਨਾਂ ਰਖਾ ਰਿਹਾ ਤੂੰ ਤੇ ਕਰਮਾ ਧਰਮਾ 'ਚ ਫਸਿਆ ਹੈ ਜਿਹੜੇ ਸਾਧੂ ਹੈ ਉਹਨਾਂ ਦਾ ਸਾਧੂ ਨਾਂ ਕਿਉਂ ਪਿਆ ਕਿ ਉਹਨਾਂ ਮਨ ਦੀ ਸਾਧਨਾ ਕੀਤੀ ਮਨ ਇੱਕ ਜਿਸ ਤਰ੍ਹਾਂ ਫੌਜ ਦਾ ਅਫਸਰ ਹੁੰਦਾ ਹੈ ਸਾਡੀਆਂ ਪ੍ਰਕਿਰਤੀਆਂ ਦਾ ਅਫਸਰ ਮਨ ਹੈ ਔਰ ਇਹਦੇ ਮਤੈਦ ਸਾਰੀਆਂ ਨੇ ਜਦੋਂ ਅਫਸਰ ਕਾਬੂ ਆ ਜਾਂਦਾ ਕਿਤੇ ਲੜਾਈ ਜਿੱਤੇ ਸਿਪਾਈ ਪਹਿਲਾਂ ਹੀ ਹਥਿਆਰ ਛੱਡ ਦਿੰਦੇ ਹੈਗੇ ਜਦੋਂ ਮਨ ਕਾਬੂ ਆ ਗਿਆ ਇਹਦੀਆਂ ਪ੍ਰਕਿਰਤੀਆਂ ਵੀ ਕਾਬੂ ਆ ਜਾਂਦੀਆਂ ਇਹ ਕੁਝ ਨਹੀਂ ਕਰ ਸਕਦੀਆਂ ਇਸ ਵਾਸਤੇ ਸੰਤ ਮਹਾਂਪੁਰਖ ਜਿਹਨੇ ਦਿਨ ਰਾਤ ਨਾਮ ਦੀ ਕਮਾਈ ਕੀਤੀ ਹੈ ਉਹਨੇ ਆਪਣੇ ਮਨ ਦੇ ਹੀ ਸਾਧਨਾ ਕੀਤੀ ਏਸੇ ਨੂੰ ਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਸਵਾਮੀ ਜੀ ਮਹਾਰਾ ਜੀ ਬਾਣੀ ਜੇ ਫਰਮਾਉਂਦੇ ਆ ਕੋਟ ਯਤਨ ਸੇ ਜੇ ਨਹੀਂ ਮਾਨੇ ਤੋਣ ਸੁਣ ਕਰ ਮਨ ਸਮਝਾਈ ਕਰੋੜਾਂ ਯਤਨ ਤੁਸੀਂ ਕਰ ਲਓ ਇਹ ਮਨ ਨਹੀਂ ਸਮਝੇਗਾ ਸਿਰਫ ਇੱਕ ਜਿਹੜੀ ਇਹਦੇ ਅੰਦਰ ਉਹ ਸ਼ਬਦ ਧੁਨ ਆ ਰਹੀ ਹੈ। ਸਵਾਮੀ ਜੀ ਉਹ ਸ਼ਬਦ ਨੂੰ ਧੁਨ ਕਹਿੰਦੇ ਐ। ਔਰ ਮੁਸਲਮਾਨਾਂ ਨੇ ਭਾਂਗੇ ਸ਼ਮਾਨੀ ਕਿਹਾ ਹੈ। ਬਾਣੀ ਵਿੱਚ ਨਾਮ ਜਾਂ ਸ਼ਬਦ ਕਿਹਾ ਗਿਆ ਵੈਦਾਂ ਸ਼ਾਸਤਰਾਂ ਜੋਤ ਗੀਤ ਕਰਕੇ ਫਰਮਾਉਂਦੇ ਐ। ਉਹ ਧੁਨ ਜਿਹੜੀ ਸਾਡੇ ਅੰਦਰ ਆ ਰਹੀ ਹੈ। ਇਹ ਕਿਸੇ ਵੀ ਜਤਨ ਨਾਲ ਮੰਨ ਨਹੀਂ ਸਮਝ ਸਕਦਾ। ਉਸ ਧੁਨ ਦੇ ਨਾਲ ਸਮਝੇ। ਜਦੋਂ ਇਹ ਸੁਨੇਗਾ ਫੌਰਨ ਉਹਦੇ ਨਾਲ ਸਮਝਾਏਗਾ ਜਿਸ ਤਰ੍ਹਾਂ ਹਜ਼ੂਰ ਫਰਮਾਉਂਦੇ ਹੁੰਦੇ ਸੀ ਕਿ ਸ਼ਹਿਦ ਦਾ ਛੰਨਾ ਭਰਿਆ ਹੋਵੇ ਮੱਖੀਆਂ ਖਾਣ ਵਾਸਤੇ ਆ ਜਾਂਦੀਆਂ ਨੇ ਜਿਹੜੀ ਮੱਖੀ ਵਿੱਚ ਬੈਠਦੀ ਏ ਉਹ ਨਾ ਸ਼ਹਿਦ ਖਾ ਸਕਦੀ ਏ ਤੇ ਨਾ ਹੀ ਉੱਡ ਸਕਦੀ ਏ ਵਿੱਚ ਹੀ ਲੱਭੜ ਜਾਂਦੇ ਪਰ ਉਹਦੇ ਉੱਡ ਨਹੀਂ ਸਕਦੀ ਇਸੇ ਤਰ੍ਹਾਂ ਉਸ ਸ਼ਬਦ ਨਾਲ ਇਹ ਮਨ ਕਾਬੂ ਆ ਸਕਦਾ ਏ ਇਹ ਨਹੀਂ ਪਾਜ ਸਕਦਾ ਕਿਤੇ ਵੀ ਨਹੀਂ ਜਾ ਸਕਦਾ ਫਿਰ ਔਰ ਕੋਈ ਯਤਨ ਨਾਲ ਨਹੀਂ ਇਹ ਕਾਬੂ ਆ ਸਕਦਾ ਅਗਰ ਜਿਸ ਨੇ ਕੀਤਾ ਹੈ ਉਹ ਸ਼ਬਦ ਹੈ ਜਰੀਏ ਜੇ ਕੋਈ ਕਰੇਗਾ ਤੇ ਸ਼ਬਦ ਹੈ ਜਰੀਏ ਔਰ ਕਿਸੇ ਤਰੀਕੇ ਨਾਲ ਇਹ ਮਨ ਕਾਬੂ ਨਹੀਂ ਆ ਸਕਦਾ ਹਾਂਜੀ ਤੁਮ ਤੋ ਕਰਮ ਪਰਮ ਮੇ ਪਟ ਕੇ ਸਾਧਨਾਮ ਆਪਣਾ ਕਿਉਂ ਤਰਤੇ ਇਹ ਸਾਧੂ ਦੇ ਬਾਰੇ ਗੁਰੂ ਸਾਹਿਬ ਜੀ ਫਰਮਾ ਰਹੇ ਹੈ ਐ ਸਾਧੂ ਤੂੰ ਕਰਮਾਂ ਧਰਮਾਂ ਦੇ ਵਿੱਚ ਭੜਕ ਰਿਹਾ ਤੇ ਤੂੰ ਆਪਣਾ ਨਾਂ ਸਾਧੂ ਕਿਉਂ ਰਖਾਨਾ ਹੈ ਕਰਮ ਧਰਮ ਜੋ ਵੀ ਬੰਦਾ ਕਰਦਾ ਹੈ ਉਹਦੀ ਮੁਕਤੀ ਨਹੀਂ ਹੋ ਸਕਦੀ ਕਰਮਾਂ ਦੇ ਨਾਲ ਸਾਨੂੰ ਜਨਮ ਮਿਲ ਸਕਦੇ ਹੈ ਕੋਈ ਵੀ ਅਸੀ ਕਰਮ ਕਰਾਂਗੇ ਉਹਦਾ ਲੈਣ ਦੀ ਸਾੜੀ ਖਾਸ਼ ਹੁੰਦੀ ਹੈ ਜਦੋਂ ਲੈਣ ਦੀ ਖਾਸ਼ ਹੋਈ ਸਾਨੂੰ ਵਾਪਸ ਆਉਣਾ ਪਿਆ ਸਾਨੂੰ ਜਨਮ ਲੈਣਾ ਪੈਣਗੇ ਫੇਰ ਅਸੀਂ ਕਰਾਂਗੇ ਫੇਰ ਜਨਮ ਲੈਣਾ ਪੈਣਗੇ ਮੁਕਤੀ ਨਹੀਂ ਹੋ ਸਕਦੀ ਇਸ ਵਾਸਤੇ ਗੁਰੂ ਸਾਹਿਬ ਜੀ ਫਰਮਾ ਰਹੇ ਹੈ ਕਿ ਤੂੰ ਸਾਧੂ ਨਾਮ ਕਿਉਂ ਰਖਾ ਰਿਹਾ ਤੂੰ ਕਰਮਾ ਧਰਮਾਂ ਵਿੱਚ ਫਸਿਆ ਹੈਗਾ ਹਾਂਜੀ ਭੇ ਨਾ ਜਗਤ ਕੋ ਠੱਗ ਤੇ ਕਾਲ ਠਗੋਰੀ ਢਾਲੀ ਤੁਮ ਤੇ ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਆ ਸਾਧੂ ਤੂੰ ਭੇਖ ਬਣਾ ਕੇ ਜਗਤ ਨੂੰ ਠੱਗ ਰਿਆ ਪਰ ਕਾਲ ਤੈਨੂੰ ਠੱਗ ਰਿਆ ਕਾਲ ਨੇ ਤੈਨੂੰ ਠੱਗ ਲੈਣਾ ਏ ਤੂੰ ਜਗਤ ਨੂੰ ਠੱਗ ਰਿਹਾ ਇੱਕ ਦਿਨ ਕਾਲ ਦੇ ਵਾਸਤੂ ਆ ਜਾਏਗਾ ਤੈਨੂੰ ਕਾਲ ਆਪਣੇ ਦੇਸ਼ ਲੈ ਜਾਏਗਾ ਔਰ ਤੇਰੇ ਕੀਤੇ ਕਰਮਾਂ ਦਾ ਲੇਖਾ ਕਰਕੇ ਤੈਨੂੰ ਸਜ਼ਾ ਮਿਲ ਜਾਏਗੀ ਹਾਂਜੀ ਵੇਖ ਬਣਾਏ ਜਗਤ ਕੋ ਠੱਗੇ ਤੇ ਕਾਲ ਠਗਾਰੀ ਤਲੀ ਤਮ ਤੇ ਅਬ ਕੁਛ ਸਮਝ ਕਰੋ ਸਤ ਸੰਗਤ ਦਰੋ ਜ਼ਰਾ ਨਰਕ ਨਕੇ ਦੁਖ ਸੇ ਸਵਾਮੀ ਜੀ ਮਹਾਰਾਜ ਬੜੇ ਤਰੀਕੇ ਨਾਲ ਸਮਝਾ ਰਹੇ ਹੈ ਐ ਪੁਰਸ਼ ਅਬ ਜਲਦੀ ਤੋਂ ਜਲਦੀ ਤੁਸੀਂ ਸਮਝ ਕਰੋ ਸੋਚੋ ਉਸ ਨਰਕਾਂ ਤੋਂ ਡਰਨ ਦੀ ਕੋਸ਼ਿਸ਼ ਕਰੋ ਇਹ ਜੋ ਤੁਸੀਂ ਕਰਮ ਕਰ ਰਹੇ ਹੋ ਤੁਸੀਂ ਨਰਕਾਂ ਚੋਂ ਛੁੱਟ ਨਹੀਂ ਸਕਦੇ ਜਲਦੀ ਤੋਂ ਜਲਦੀ ਸਮਝ ਸੋਚ ਕਰੋ ਔਰ ਆਪਣੇ ਰਾਦੇ ਨੂੰ ਬਦਲ ਦੀ ਕੋਸ਼ਿਸ਼ ਕਰੋ ਤਾਂ ਕਿ ਨਰਕਾਂ ਦੇ ਦੁੱਖ ਤੋਂ ਡਰਨ ਦੀ ਕੋਸ਼ਿਸ਼ ਕਰੋ ਹਾਂਜੀ अब कुछ समझ करो सतसंगत डरो जरा नरकन के दुख से बिरहा पाओ बैराग संभालो ਭਗਤ ਕਰੋ ਔਰ ਭਾਗੋ ਜਗ ਸੇ ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਤੁਸੀਂ ਆਪਣੇ ਅੰਦਰ ਬਿਰਿਆ ਅੰਤਰ ਪਿਆਰ ਬਿਰਿਆ ਨੂੰ ਪਿਆਰ ਕਿਹਾ ਗਿਆ ਕਿ ਉਹ ਪਿਆਰ ਤੁਸੀਂ ਆਪਣੇ ਅੰਦਰ ਪੈਦਾ ਕਰੋ ਇਹ ਜਗਤੋਂ ਭਾਗਣ ਦੀ ਕੋਸ਼ਿਸ਼ ਕਰੋ ਜਗਤ ਦੇ ਕਰਮ ਜਿਹੜੇ ਆ ਇਹਨਾਂ ਨੂੰ ਛੱਡਣ ਦੀ ਕੋਸ਼ਿਸ਼ ਕਰੋ ਔਰ ਆਪਣੇ ਮਾਲਕ ਦੇ ਮਿਲਣ ਦਾ ਕੋਈ ਨਾ ਕੋਈ ਸਾਧਨ ਕਿਸੇ ਸਾਧੂ ਦੇ ਪਾਸੋਂ ਜਦਨ ਲੈ ਕੇ ਸਿੱਖਿਆ ਲੈ ਕੇ ਉਹਦੇ ਤੇ ਚੱਲਣ ਦੀ ਕੋਸ਼ਿਸ਼ ਕਰੋ ਹਾਂਜੀ ਬਿਰਹਾ ਬੇਰਾਗ ਸੰਭਾ ਭਗਤ ਕਰੋ ਔਰ ਪਾਗੋ ਜਗ ਸੇ ਮਨ ਕੋ ਮਾਰੋ ਇੰਦਰੀ ਬਾਂਧੋ ਸੁਰਤ ਲਗਾਓ ਸ਼ਬਦ ਆਧਰ ਸੇ ਇਕ ਫਕੀਰ ਨੇ ਬੜਾ ਸੋਹਣਾ ਈਸ਼ਰੀ ਭਾਵ ਚ ਫਰਮਾਇਆ ਮਰਵੇ ਖਸਮਾ ਮਰ ਤੇਰੇ ਮਰਿਆਂ ਬਸਦਾ ਘਰ ਜੇ ਤੂੰ ਮਰੇ ਤਾਂ ਮੈਂ ਸੁਹਾਗਣ ਹੋਈ ਜੇ ਤੂੰ ਮਰ ਜਾਏਗਾ ਫਿਰ ਮੈਂ ਸੁਹਾਗਣ ਹੋ ਜਾਵਾਂਗੀ ਫਿਰ ਮੇਰਾ ਡਿੰਡੇਪਾ ਨਹੀਂ ਰਹੇਗਾ ਮੇਰਾ ਸੁਹਾਗ ਬਣ ਜਾਏਗਾ ਮੈਂ ਸ਼ਬਦ ਨਾਲ ਮੇਰਾ ਪਿਆਰ ਲੱਗ ਜਾਏਗਾ ਖਸਮ ਕੌਣ ਸਾਡੀ ਆਤਮਾ ਦਾ ਬਣਿਆ ਇਸ ਵਕਤ ਮਨ ਮਨ ਸਾਡੀ ਆਤਮਾ ਦਾ ਖਸਮ ਬਣਿਆ ਹੈ ਮਾਲਕ ਬਣਿਆ ਔਰ ਇਸ ਨੂੰ ਕਿਹਾ ਮਰਵੇ ਖਸਮਾ ਮਰ ਤੂੰ ਮਰੇ ਤਾਂ ਮੈਂ ਸੁਹਾਗਣ ਹੋਈ ਜੇ ਤੂੰ ਮਰ ਜਾਏਗਾ ਤੇ ਮੈਂ ਸੁਹਾਗਣ ਹੋ ਜਾਵਾਂਗੀ ਮੇਰਾ ਪਿਆਰ ਜਿਹੜਾ ਹੈ ਉਹ ਸ਼ਬਦ ਨਾਲ ਲੱਗ ਜਾਏਗਾ ਸ਼ਬਦ ਮਰਦਾ ਨਹੀਂ ਸ਼ਬਦ ਦੁਨੀਆ ਤੇ ਕਦੀ ਗਾਇਬ ਨਹੀਂ ਹੋ ਸਕਦਾ ਉਹ ਮਰਨ ਜਮਨ ਦੇ ਵਿੱਚ ਨਹੀਂ ਆ ਸਕਦਾ ਉਹ ਸਦਾ ਦਾ ਹੀ ਸੁਆਗ ਹੈ ਇਸ ਦਾ ਇਸ ਵਾਸਤੇ ਗੁਰੂ ਸਾਹਿਬ ਜੀ ਫਰਮਾ ਰਹੇ ਹਨ ਮਾਨ ਮਰੇ ਤਾਂ ਤੰਤ ਮਰ ਜਾਏ ਜਦ ਮਾਨ ਮਰ ਮਾਨ ਮਰ ਜਾਏਗਾ ਇਹਦੀਆਂ ਸ਼ਾਖਾਂ ਜਿਹੜੀਆਂ ਖਤਮ ਹੋ ਜਾਣਗੀਆਂ ਇਹਦੀਆਂ ਜੜਾਂ ਵੀ ਕਟੀਆਂ ਜਾਣਗੀਆਂ ਹਾਂਜੀ ਮਨ ਕੋ ਮਾਰੋ ਇੰਦਰੀ ਭੰਧੋ ਸੁਰਤ ਲਗਾਅ ਸਬਦ ਅਧਰਸੇ ਤਬ ਚਿਤ ਕੋ ਮਲ ਬੁੱਧੀ ਨਰਮ ਲ ਆਪ ਹੋਏ ਛੁੱਟੋ ਮਨ ਠੱਗ ਸੇ ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਭਾਈ ਫੇਰ ਤੁਸੀਂ ਇਸ ਮਨ ਠੱਗ ਤੋਂ ਛੁੱਟ ਜਾਓਗੇ ਇਹ ਮਨ ਸਾਨੂੰ ਠੱਗ ਰਿਹਾ ਕਿਸੇ ਨਾ ਕਿਸੇ ਤਰੀਕੇ ਨਾਲ ਸਾਨੂੰ ਠੱਗਦਾ ਰਹਿੰਦਾ ਹੈ ਔਰ ਸੰਤ ਮਹਾਂਪੁਰਖ ਸਾਨੂੰ ਇਹਦੇ ਤੋਂ ਬਚਾਣ ਦੀ ਕੋਸ਼ਿਸ਼ ਕਰਦੇ ਐ ਇਹਦੇ ਤੋਂ ਬਚਣ ਦਾ ਤਰੀਕਾ ਹੀ ਹੈ ਜੋ ਬਾਣੀ ਚ ਪਹਿਲਾਂ ਦੱਸਿਆ ਹੈ ਕਿ ਕੋਟ ਯਤਨ ਸੇ ਜੇ ਨਹੀਂ ਮਾਣੇ ਤੋਣ ਸੁਣ ਕਰ ਮਨ ਸਮਝਾਈ ਜਦ ਸ਼ਬਦ ਦੀ ਕਮਾਈ ਅਸੀਂ ਕਰਾਂਗੇ ਤੋ ਇਸ ਮਨ ਦੇ ਕੰਟਰੋਲ ਚੋਂ ਅਸੀਂ ਨਿਕਲ ਜਾਵਾਂਗੇ ਇਹਦੇ ਪਿੰਜਰੇ ਚੋਂ ਨਿਕਲ ਜਾਵਾਂਗੇ ਜਾਤ ਹੋ ਜਾਵਾਂਗੇ ਇਸ ਤਰ੍ਹਾਂ ਕਈ ਵਾਰ ਇਹ ਸਾਖੀ ਸੁਣਾਈ ਹੈ ਕੋਈ ਪੰਡਤ ਕਥਾ ਕਰਦਾ ਸੀ ਕਥਾ ਵਿੱਚ ਇਹ પ્રસੰਗ ਆਉਂਦਾ ਸੀ ਕਿ ਈਸ਼ਵਰ ਦਾ ਨਾਮ ਜਪਿਆ ਆ ਰਾਮ ਰਾਮ ਜਪਿਆ ਕਾਲ ਦਾ ਜੇਲ੍ਹਖਾਨਾ ਟੁੱਟ ਜਾਂਦਾ ਹੈ ਉਹ ਰੋਜ਼ ਬੰਦਾ ਕਥਾ ਸੁਣ ਜਾਂਦਾ ਸੀ ਤੇ ਘਰ ਉਸਨੇ ਤੋਤਾ ਇੱਕ ਰੱਖਿਆ ਸੀ ਕਰ ਆ ਕੇ ਤੋਤੇ ਨੂੰ ਕਹਿਣਾ ਗੰਗੇਰਾਮਾ ਆਖ ਰਾਮ 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 ਕਿਹਾਂ ਕਾਲ ਦਾ ਜੇਲ੍ਹ ਖਾਨਾ ਟੁੱਟ ਜਾਂਦਾ ਏਕ ਦਿਨ ਤੋਤੇ ਨੇ ਸੋਚਿਆ ਕਿ ਮੈਂ ਰੋਜ਼ ਹੀ ਰਾਮ ਰਾਮ ਕਹਿੰਦਾ ساری ਜ਼ਿੰਦਗੀ ਹੋਇਆ ਰਾਮ ਰਾਮ ਕਹਿੰਦਿਆ ਪਤਾ ਨਹੀਂ ਇਹ ਮੇਰੀਆਂ ਪਿੰਜਰੇ ਦੀਆਂ ਤਾਰਾਂ ਨਹੀਂ ਟੁੱਟੀਆਂ ਕਾਲ ਦਾ ਜੇਲ੍ਹ ਖਾਨਾ ਪਤਾ ਨਹੀਂ ਕਿਤਨਾ ਹੈਗਾ ਇੱਕ ਦਿਨ ਕਹਿਣ ਲੱਗਾ ਕਿ ਜਿੱਥੇ ਤੁਸੀਂ ਜਾਂਦੇ ਹੋ ਮੈਨੂੰ ਵੀ ਲੈ ਚਲੋ ਜਿੰਜਰਾ ਚੁੱਕ ਲਿਆ ਲੈ ਗਿਆ ਜਦੂਏ ਪ੍ਰਸੰਗ ਆਇਆ ਤੋਤਾ ਬੋਲਣਾ ਜਾਣਦਾ ਸੀ ਤੋਤੇ ਨੇ ਕਿਹਾ ਮਹਾਰਾਜ ਪੰਡਿਤ ਜੀ ਮੇਰੀ ਗੱਲ ਸੁਣ ਲਓ ਮੇਰੇ پاس ਆ ਜਾਓ ਤੁਸੀਂ ਬੜੇ ਹੈਰਾਨ ਲੋਕ ਹੋਏ ਜਦੋਂ ਤੋਤਾ ਬੋਲਿਆ ਪੁੱਛਿਆ ਸਨਾਪਈ ਕੀ ਗੱਲ ਹੈ ਤੁਸੀਂ ਜੋ ਕੁਝ ਕਹਿ ਰਹੇ ਹੋ ਮੈਂ ਸਾਰੀ ਜ਼ਿੰਦਗੀ ਹੋਇਆ ਰਾਮ ਰਾਮ ਕਹਿੰਦਿਆਂ ਮੇਰੀਆਂ ਪਿੰਜਰੇ ਦੀਆਂ ਤਾਰਾਂ ਨਹੀਂ ਟੁੱਟੀਆਂ ਤੁਸੀਂ ਕਹਿੰਦੇ ਹੋ ਰਾਮ ਰਾਮ ਕਿਹਾਂ ਕਾਲ ਦਾ ਜੇਲ੍ਹਖਾਨਾ ਟੁੱਟ ਜਾਂਦਾ ਪੁੱਛਿਆ ਉਹਨਾਂ ਤੇਰਾ ਕੋਈ ਮੁਰਸ਼ਿਦ ਹੈ ਕਹਿੰਦੇ ਜੀ ਮੇਰੇ ਤੇ ਮੁਰਸ਼ਿਦ ਕਹੀਂ ਬਣ ਜਾਂਦੇ ਰੋਜ਼ ਦੇ ਗਲੀ ਵਿੱਚ ਸਾਡਾ ਘਰ ਹੈ ਪਿੰਜਰਾ ਦਰਖਤ ਨਾਲ ਟੰਗਿਆ ਜਿਹੜਾ ਕੋਈ ਲੰਘਦਾ ਉਹੀ ਮੈਨੂੰ ਕਹਿ ਜਾਂਦਾ ਗੰਗੇ ਰਾਮਾ ਰਾਮ ਰਾਮ ਕਈ ਮੈਨੂੰ ਕਹੀ ਜਾਂਦੇ ਆ ਕਈ ਗੁਰੂ ਬਣ ਜਾਂਦੇ ਮੇਰੇ ਕਹਿੰਦੇ ਇੱਕ ਬਣਾ ਇੱਕ ਦੀ ਸਿੱਖਿਆ ਤੇ ਚੱਲ ਤੋਦੇ ਨੇ ਕਿਹਾ ਪਰ ਤੁਸੀਂ ਮੈਨੂੰ ਸਿੱਖਿਆ ਦੇ ਦਿਓ ਮੈਂ ਕਿੱਥੇ ਜਾਣਾ ਸਿੱਖਿਆ ਲੈਣ ਤੁਸੀਂ ਮੇਰੇ ਗੁਰੂ ਬਣ ਜਾਓ ਕਹਿ ਲਗੇ ਅਸੀਂ ਤੈਨੂੰ ਸਿੱਖਿਆ ਦਿੰਦੇ ਆ ਘਰ ਜਾ ਕੇ ਤੂੰ ਬਿਮਾਰ ਹੋ ਜਾਈਂ ਤੈਨੂੰ ਤਰੀਕਾ ਦੱਸਦੇ ਆਂ ਪਿੰਜਰੇ ਚੋਂ ਨਿਕਲਦਾ ਘਰ ਜਾ ਕੇ ਬਿਮਾਰ ਹੋ ਜਾਈਂ ਢਿੱਲੇ ਪਾਰ ਛੱਡਦੇ ਮੂੰਹ ਚ ਪਾਣੀ ਵਗਣਾ ਸ਼ੁਰੂ ਹੋ ਜਾਏ ਤੇਰਾ ਮਾਲਕ ਤੈਨੂੰ ਚੂਰੀ ਪਾਣੀ ਜੋਬ ਕੁਛ ਦੇਗਾ ਤੂੰ ਖਾਣਾ ਕੁਛ ਨਹੀਂ ਜਦੋਂ ਪਿੰਜਰੇ ਤੂੰ ਬਾਹਰ ਕੱਢੇਗਾ ਇਹ ਅੱਗੇ ਪਿੱਛੇ ਹੋਏਗਾ ਤੂੰ ਉੱਡ ਕੇ ਜਿੱਥੇ ਮਰਜੀ ਚਲਾ ਜਾਈਂ ਤੋਤੇ ਨੇ ਛੋਟੇ ਸੋਚੇ ਸਲਾਹ ਤੇ ਬੜੀ ਬੱਛੀ ਹੈ ਘਰ ਜਾ ਕੇ ਬਿਮਾਰ ਹੋ ਗਿਆ ਬਿਮਾਰ ਹੋ ਗਿਆ ਜਿਹੜਾ ਤੋਤੇ ਦਾ ਮਾਲਕ ਸੀ ਉਸ ਨੇ ਤੋਤੇ ਨੂੰ ਬਾਹਰ ਕੱਢਿਆ ਪਿੰਜਰੇ ਚੋਂ ਪਾਣੀ ਪੂਣੀ ਦੇਵੇ ਚੂਰੀ ਪਾਵੇ ਉਹ ਖਾਵੇ ਨਾ ਉਹਨੂੰ ਗੁਰੂ ਮਿਲ ਗਿਆ ਸੀ ਜਦੋਂ ਅੱਗੇ ਪਿੱਛੇ ਹੋਇਆ ਤੋਤੇ ਨਾ ਉੱਠ ਕੇ ਪੰਗ ਫੜ ਕੇ ਤੇ ਬੈਠੇ ਉੱਡ ਕੇ ਕੋਠੇ ਦੇ ਬਨੇਰੇ ਤੇ ਬੈ ਗਿਆ ਘਰ ਵਾਲਾ ਬਹੁਤ ਖੁਸ਼ ਹੋਇਆ ਕਿ ਹੁਣ ਤੋਤਾ ਬਚ ਗਿਆ ਹੈ ਇਹ ਬਿਮਾਰ ਸੀ ਆ ਕੇ ਇਸ ਤਰ੍ਹਾਂ ਪਿੰਜਰੇ ਨੂੰ ਟਕੋਰਦਾ ਹੈ ਗੰਗੇ ਰਾਮਾ ਆਖ ਰਾਮ ਰਾਮ ਸੱਚ ਹੈ ਅਗੂ ਤੋਤਾ ਬੋਲਿਆ ਕਹਿੰਦਾ ਜੀ ਬਿਲਕੁਲ ਠੀਕ ਹੈ ਰਾਮ ਰਾਮ ਤੇ ਸੱਚ ਹੈ ਪਰ ਕੁੰਜੀ ਗੁਰੂ ਦੇ ਹੱਥ ਹੈ ਰਾਮ ਰਾਮ ਠੀਕ ਹੈਗਾ ਸੱਚ ਹੈ ਪਰ ਜਦ ਤੱਕ ਕੋਈ ਕੁੰਜੀ ਵਾਲਾ ਮਹਾਤਮਾ ਨਹੀਂ ਮਿਲਦਾ ਜੰਦਰਾ ਖੁੱਲਦਾ ਨਹੀਂ ਹੁਣ ਮੈਨੂੰ ਉਹ ਕੁੰਜੀ ਗੁਰੂ ਦੇ ਹੱਥ ਹੈ ਮੈਨੂੰ ਚਾਬੀ ਮਿਲ ਗਈ ਹੈ ਜੰਦਰੇ ਜੀ ਹੁਣ ਮੈਂ ਤੇਰੇ ਪਿੰਜਰੇ ਚ ਨਹੀਂ ਆ ਸਕਦਾ ਹੁਣ ਮੈਨੂੰ ਗੁਰੂ ਮਿਲ ਗਿਆ ਏਸ ਵਾਸਤੇ ਰਾਮ ਰਾਮ ਤੋਂ ਸੱਚ ਹੈ ਪਰ ਸਾਨੂੰ ਕੋਈ ਰਾਹ ਦੱਸਣ ਵਾਲਾ ਵੀ ਤੇ ਹੋਵੇ ਜਿਸ ਨੇ ਰਾਹ ਦੇਖਿਆ ਹੋਵੇ ਕਬੀਰ ਸਾਹਿਬ ਜੀ ਮਹਾਰਾਜ ਫਰਮਾਉਂਦੇ ਆ ਬਸ ਕਾਹੀ ਟੁੰਡੇ ਕਾਹੀ ਕਿਸਵੇ ਦਾਵੇ ਹੱਥ ਕਹਿ ਕਬੀਰ ਤਬ ਪਾਈਏ ਜਬ ਪੇਧੀ ਲੀਜੇ ਸਾਥ ਪੇਦੀ ਲੀਜੇ ਸਾਥ ਦਿਨਾ ਬਸ ਲਖਾਏ ਕੋਟ ਜਨਮ ਕਾ ਪੰਥ ਥਾ ਛਿਨ ਮੇ ਦੇ ਪਚਾਏ ਸਾਨੂੰ ਪੇਤੀ ਦੀ ਜ਼ਰੂਰਤ ਹੈ ਪੇਤੀ ਦੇ ਪਾਸ ਬੜੇ ਛੋਟੇ ਰਸਤੇ ਹੁੰਦੇ ਆ ਜਿਹੜਾ ਪੇਤੀ ਨਹੀਂ ਉਹਦੇ ਪਾਸ ਕੋਈ ਰਸਤਾ ਨਹੀਂ ਹੁੰਦਾ ਜਿਹਨਾਂ ਮਾਪੁਰਖਾਂ ਜਿਹਨਾਂ ਸਾਧੂਆਂ ਨੇ ਦਿਨ ਰਾਤ ਨਾਮ ਦੀ ਕਮਾਈ ਕੀਤੀ ਹੁੰਦੀ ਹੈ ਉਹਨਾਂ ਨੂੰ ਕੁਛ ਨਾ ਕੁਛ ਪੇਤ ਹੁੰਦੇ ਆ ਜੋ ਗੁਰੂ ਸਾਹਿਬ ਜੀ ਬਾਣੀ ਚ ਫਰਮਾਰੇ ਠੀਕ ਫਰਮਾਰੇ ਹਾਂਜੀ ਤਬ ਚਿਤ ਕੋਮਲ ਬੁੱਧੀ ਨਰਮ ਲਾ ਆਪ ਹੋਏ ਛੂਟੋ ਮਨ ਠੱਗ ਸੇ अब क्या कहूँ कहा मैं बहुत तक अधिकारी माने एक तो स्वामी जी महाराज बड़े प्यार फरमा रहे हैं कि मैं बहुत कुछ कह चुका पर जेड़ा हथकारी जीव है ਉਹਦੇ ਵਾਸਤੇ ਇੱਕੋ ਹੀ ਤੁਕ ਬੜੀ ਹੈ ਉਹ ਇੱਕ ਤੁਕ ਦੇ ਹੀ ਮੰਨ ਜਾਂਦਾ ਹੈ ਜਿਹੜਾ ਹਦਕਾਰੀ ਨਹੀਂ ਉਹਦੇ ਨਾਲ ਜਿੰਨਾ ਮਰਜੀ ਸਿਰ ਖਪਾਈ ਜੋ ساری ਜ਼ਿੰਦਗੀ ਵੀ ਲਾ ਦਿਓ ਉਹਨੂੰ ਅਸਰ ਨਹੀਂ ਹੁੰਦਾ حضرت ਬਹੁ ਸਾਹਿਬ ਨੇ ਜਿਸ ਤਰ੍ਹਾਂ ਬਾਣੀ 'ਚ ਫਰਮਾਇਆ ਹੈ ਪੱਥਰ ਚਿੱਤ ਜਿਨ੍ਹਾਂ ਦੇ ਬਹੁ ਉਥੇ ਜਾਇਆ ਵਸਨਾ ਮੀਆਂ ਜਿਨ੍ਹਾਂ ਦੇ ਚਿੱਤ ਪੱਥਰ ਨੇ ਤੇ ਰਹਿਮਤ ਦਾ ਮੀ ਵੀ ਪਏਗਾ ਤੇ ਕੀ ਕਰੇ ਸੀਨੇ ਨਰਮ ਨਹੀਂ ਹੁੰਦੇ ਕਾਫਰਾਂ ਦੇ ਭਾਵੇਂ ਨਾਲ ਜ਼ਬਾਨ ਦੇ ਚੱਟੀ ਹੈ ਜ਼ਬਾਨ ਦੇ ਨਾਲ ਛੱਟੋ ਪਿਆਰ ਕਰੋ ਲੇਕਿਨ ਉਹ ਕਾਫਰ ਜਿਹੜਾ ਕਾਫਰ ਹੈ ਉਹਦਾ ਸੀਨਾ ਨਰਮ ਨਹੀਂ ਹੋ ਸਕਦਾ ਔਰ ਸਵਾਮੀ ਜੀ ਮਹਾਰਾਜ ਜੋ ਕੁਝ ਬਾਣੀ ਚ ਫਰਮਾਰੇ ਠੀਕ ਫਰਮਾਰੇ ਹੈ ਅਧਕਾਰੀ ਵਾਸਤੇ ਇੱਕ ਤੁਕ ਬੜੀ ਸਾਈਂ ਬੁੱਲੇ ਸ਼ਾ ਨੂੰ ਜਦੋਂ ਪੜਾਉਣ ਲੱਗੇ ਘਰਦਿਆਂ ਪੜਨ ਪਾਇਆ ਮੌਲਵੀ ਨੇ ਕਿਹਾ ਬੁੱਲਿਆ ਆਖ ਹਲਫ ਸਾਈਂ ਬੁੱਲੇ ਸ਼ਾ ਨੇ ਕਿਹਾ ਅਲਫ ਸਮਝ ਆ ਗਈ ਕਿ ਅਲਫ ਹੀ ਸਭ ਕੁਝ ਹੈ ਆਖ ਬੁੱਲਿਆ ਬੇ ਤੇ ਬੁੱਲੇ ਸ਼ਾ ਚੁੱਪ ਕਰ ਗਏ ਫੇਰ ਕਿਹਾ ਬੁੱਲਿਆ ਆਖ ਹਲਫ ਜੀ ਅਲਫ ਆਖ ਬੁੱਲਿਆ ਬੇ ਤੇ ਬੁੱਲੇ ਸ਼ਾ ਫਿਰ ਚੁੱਪ ਕਰ ਗਿਆ ਮੌਲਵੀ ਗੁੱਸੇ ਹੋ ਕੇ ਕਹਿੰਦਾ ਤੂੰ ਅਲਫ ਤੇ ਕਹਿੰਦਾ ਤੇ ਬੇ ਨਹੀਂ ਕਹਿੰਦਾ ਸਾਈਂ ਬੁੱਲੇ ਸ਼ਾ ਨੇ ਕਿਹਾ ਮੌਲਵੀ ਸਾਹਿਬ ਅਲਫ ਤੇ ਅਲਫ ਹੈ ਤੂੰ ਮੈਨੂੰ ਇਹ ਦੱਸ ਕਿ ਬੇ ਅਲਫ ਦੀ ਲਗਦੀ ਕਿ ਹੈ ਮੈਨੂੰ ਇਹ ਦੱਸ ਇਹਦਾ ਰਿਸ਼ਤਾ ਕੀ ਹੈ ਇਹਦੇ ਨਾਲ ਅਲਫ ਤੇ ਅਲਫ ਹੈ ਇਕੋ ਅਲਫ਼ ਤੇਰੇ ਦਰਕਾਰ ਇਲਮੋ ਬਸ ਕਰੀਓ ਯਾਰ ਇਹ ਕੋਈ ਅਲਫ਼ ਬੜਾ ਹੈ ਜੇ ਬਹੁਤਾ ਇਲਮ ਪੜਿਆ ਮੈਨੂੰ ਤੁਸੀਂ ਬਹੁਤਾ ਇਲਮ ਪੜ੍ਹਾਓਗੇ ਮੈਂ ਮੋਲਾ ਬਣ ਜਾਵਾਂਗਾ ਬਹੁਤਾ ਇਲਮ ਪੜਿਆ ਮੋਲਾ ਜੀ ਸੋਧਾਵੇ ਤੰਬਾ ਚੁੱਕ ਚੁੱਕ ਮੰਡੀ ਜਾਵੇ ਤੇਲੇ ਪਿੱਛੇ ਛੁਰੀ ਚਲਾਵੇ ਜੇ ਇਲਮ ਕੀ ਕਰ ਸਾਈਂ ਬੋਲੇ ਸ਼ਾਹ ਨੇ ਕਿਹਾ ਤੁਸੀਂ ਮੈਂ ਮੈਨੂੰ ਬਹੁਤਾ ਪੜ੍ਹਾ ਦੇਓਗੇ ਮੈਨੂੰ ਮੌਲਵੀ ਬਣਾ ਦੇਓਗੇ ਹੋਰ ਕੀ ਕਰੋਗੇ ਔਰ ਜਦੋਂ ਵੀ ਇਹਨਾਂ ਦਾ ਦਿਨ ਤਿਆਰ ਹੁੰਦਾ ਮੁਸਲਮਾਨਾਂ ਦਾ ਤੇ ਮੌਲਵੀ ਦੇ ਪਾਸੋਂ ਬੱਕਰੇ ਲਾਲ ਕਰਾਉਂਦੇ ਆ ਇਹ ਬਿਸਮਿਲ੍ਲਾ ਪੜ੍ਹ ਕੇ ਜਾਣੇ ਲਾਲ ਕਰ ਦਿੰਦੇ ਨੇ ਭਈ ਇਹ ਕਲਮਾ ਪੜ੍ਹ ਕੇ ਦੇ ਲਾਲ ਹੋ ਜਾਂਦਾ ਹੈ ਇਹਦੇ ਪਾਸੋਂ ਲਾਲ ਕਰਾਉਂਦੇ ਆ ਔਰ ਕੁਛ ਨਾ ਕੁਛ ਫੀਸ ਰੱਖੀ ਹੁੰਦੀ ਹੁਣ ਉਸ ਸਮੇਂ ਦੇ ਤੇਲਾ ਤੇਲਾ ਹੋਈ ਹੁਣ ਪਤਾ ਨਹੀਂ ਵੱਧ ਹੋਗਾ ਤੇਲੇ ਪਿੱਛੇ ਛੁਰੀ ਚਲਾਵੇ ਇਹ ਇਲਮ ਕੀ ਕਰ ਮੈਨੂੰ ਇੱਕੋ ਹੀ ਅਲਫ਼ ਬਣਾਏ ਇੱਕੋ ਅਲਫ਼ ਤੇਰੇ ਦਰਕਾਰ ਇਲਮੋਂ ਬਸ ਕਰੀ ਹੋ ਯਾਰ ਇੱਕੋ ਅਲਫ਼ ਬੜਾ ਹੈਗਾ ਇਹ ਅਲਫ਼ ਦੇ ਅੱਗੇ ਹੋਰ ਕੁਝ ਵੀ ਨਹੀਂ ਹੈਗਾ ਜੋ ਸਵਾਮੀ ਜੀ ਮਹਾਰਾ ਜੀ ਬਾਣੀ ਜੀ ਫਰਮਾਰੇ ਠੀਕ ਫਰਮਾਰੇ ਹੈ ਜਿਹੜਾ ਹਦਕਾਰੀ ਜੀਵ ਹੈ ਪ੍ਰੇਮੀ ਜੀਵ ਜਿਹੜਾ ਉਹ ਤੇ ਸਮਝ ਜਾਂਦਾ ਥੋੜੇ ਨਾਲ ਹੀ ਸਮਝ ਜਾਂਦਾ ਹੈ ਤੇ ਜਿਹੜਾ ਹਦਕਾਰੀ ਨਹੀਂ ਉਹੋ ਜਿਹਾ ਹੈ ਸਾਰੀ ਜ਼ਿੰਦਗੀ ਵੀ ਉਹਦੇ ਨਾਲ ਸਿਰਖ ਪਾਉਂਦੇ ਰਹੋ ਉਹਦੇ ਅੰਦਰ ਕੁਝ ਨਹੀਂ ਵੜਦਾ ਉਹ ਨਹੀਂ ਸਮਝਦਾ محمد ਸਾਹਿਬ ਦਾ ਚਾਚਾ ਅਬੂ ਜੇਲ ਸਾਰੀ ਉਮਰ ਉਸ ਨੇ محمد ਸਾਹਿਬ ਨੂੰ ਪੱਕੰਬਰ ਨਹੀਂ ਸਮਝਿਆ ਆਪਣੀ ਤਾਕਤ ਦੇ ਨਾਲ ਉਹਨਾਂ ਉੱਪਰਲੇ ਦੇਸ਼ਾਂ ਦੇ ਸੈਰ ਕਰਾਏ ਲੇਕਿਨ ਉਸ ਨੂੰ ਕਿਹਾ ਤੂੰ ਜਾਦੂਗਰ ਹੈਂ ਪਕੰਬਰ ਨਹੀਂ ਸਮਝਿਆ ਭਾਈ ਜਿਸ ਨੇ ਨਹੀਂ ਮੰਨਣਾ ਉਸ ਨੇ ਨਹੀਂ ਮੰਨਣਾ ਜੋ ਸੁਆਮੀ ਜੀ ਮਾਰੇ ਬਾਣੀ ਜੀ ਫਰਮਾ ਰਹੇ ਠੀਕ ਫਰਮਾ ਰਹੇ ਹੈ ਅਧਿਕਾਰੀ ਬਾਸ ਤੇ ਇੱਕ ਤੋਕੀ ਬੜੀ ਹੈਗੀ ਇੱਕ ਤੋਕ ਨਾਲ ਹੀ ਸਮਝਾਏਗਾ ਹਾਂਜੀ ਅਬ ਕੀ ਕਾਹੂ ਕਹਾ ਮੈਂ ਬਹੁਤਕ ਅਧਿਕਾਰੀ ਮਾਨੇ ਇੱਕ ਤੋਕ ਸੇ ਜੋ ਨੀਲਾ ਕਪਟੀ جگਮਾ ਰੇ ਵਹ ਕਿਆ ਜਾਣੇ ਪੂਤ ਪਛੂ ਸੇ ਲੰਘਿ ਸ਼ਬਦੈ ਸ਼ਬਦ ਤੇ ਬੜਾ ਹੈ ਹਾਂ ਕਿ ਪੰਕਤੀ ਫੜ ਦਿਓ ਰਾਦਾ ਸਵਾਮੀ ਕਹਿਤ ਸੁਨਾਈ ਮਾਨੇਗੇ ਕੋਈ ਹਲ ਸਚ ਬਚਨ ਸੇ ਸਵਾਮੀ ਜੀ ਮਹਾਰਾਜ ਸ਼ਬਦ ਸਮਾਪਤ ਕਰਦੇ ਹੋਈ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਅਸੀਂ ਕਹਿ ਕੇ ਸੁਣਾ ਦਿੱਤਾ ਹੈ ਕੋਈ ਹਾਂਸ ਜੀਵ ਜਿਹੜਾ ਹੈ ਕਾਗਾਂ ਦੀ ਸੰਗਤ ਛੱਡ ਕੇ ਉਹ ਹਾਂਸ ਬਣ ਜਾਏਗਾ ਉਹ ਸਮਝਾਏਗਾ। ਕੋਈ ਜੀਵ ਜਿਹੜੇ ਕਾਮੀ ਕਰੋ ਦੀ ਭੈੜੇ ਬੰਦਿਆਂ ਦੀ ਸੰਗਤ ਕਰਦੇ ਹੈ ਉਹ ਕਾਗ ਨੇ ਉਹ ਨਹੀਂ ਮੰਨਣਗੇ। ਜਿਹੜਾ ਇਹਨਾਂ ਦੀ ਸੰਗਤ ਛੱਡ ਦੇਗਾ ਹਾਂਸ ਰੂਪ ਬਣ ਜਾਏਗਾ ਉਹ ਜਲਦੀ ਤੋਂ ਜਲਦੀ ਮੰਨ ਜਾਏਗਾ। ਸਵਾਮੀ ਜੀ ਮਹਾਰਾਜ ਜੀ ਸਮਾਪਤ ਕਰਦੇ ਹੋਏ ਬੜੇ ਪਿਆਰ ਦੇ ਨਾਲ ਫਰਮਾ ਰਹੇ ਹਾਂ ਜੀ ਰਾ ਦਾ ਸਵਾਮੀ ਕਹਿ ਤ ਸੁਣਾਈ ਮਾਨੇਗੇ ਕੋਈ ਹੰਸ ਬਚਨ ਸੇ